ਭੌਂਕ ਕੇ ਜਾਨੀ ਆ ਸਵੇਰੇ ਸਵੇਰੇ ਤੇਰੇ ਅੱਗੇ ਹੱਥ ਬੰਨੇ ਚੁੱਪ ਕਰ ਜਾ ਹੁਣ ਤੂੰ ਮੈਨੂੰ ਚੁੱਪ ਕਰਾਉਣਾ ਫਿਰਦਾ ਨਾ ਤੈਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਉਹਨਾਂ ਕੁੱਤਿਆਂ ਪਿੱਛੇ ਪੂਛ ਲਾਉਂਦਾ ਫਿਰਦਾ ਸੀ ਸੱਚੀ ਮੈਂ ਨਾ ਤੰਗ ਆ ਗਿਆ ਤੇਰੇ ਤੋਂ ਹੁਣ ਨਹੀਂ ਮੁੜਦੇ ਯਾਰ ਭੌਂਕੀ ਜਾ ਜੇ ਅਸਲੀ ਕੁੱਤੀ ਦਾ ਦੁੱਧ ਪੀਤਾ ਨਾ ਤਾਂ ਘਰ ਨਾ ਵੜੀ ਮਰਜੀ ਟਰੱਕ ਥੱਲੇ ਆ ਕੇ ਆਹੋ ਮਰ ਜੂੰਗਾ ਪਰ ਤੇਰੇ ਘੋਰਨੇ ਚ ਨਹੀਂ ਮੁੜਦਾ ਪਤਾ ਤੈਨੂੰ ਉਦੋਂ ਲੱਗੂ ਜਦੋਂ ਇਹਦੇ ਕਤੂਰਿਆਂ ਦੇ ਸਿਰ ਤੋਂ ਕੁੱਤੇ ਪਿਓ ਦਾ ਸਾਇਆ ਚੱਕਿਆ ਗਿਆ ਹਾਏ 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 ਓਏ ਘਰੇ ਕੁੱਤੀ ਬੱਚੀ ਜਾਂਦੀ ਆ ਇੱਥੇ ਪੈਰ ਬੱਚੀ ਜਾਂਦੇ ਨੇ ਹਾਏ ਓਏ ਰੱਬਾ ਕੀ ਜੂਰ ਬਣਾਤੀ ਸਾਡੇ ਕੁੱਤਿਆਂ ਦੀ ਨਜ਼ਾਰੇ ਤਾਂ ਬੰਦੇ ਲੈਂਦੇ ਨੇ ਇਹਨਾਂ ਦੀਆਂ ਜਨਾਨੀਆਂ ਕਿੰਨੇ ਪਿਆਰ ਨਾਲ ਰਹਿੰਦੀਆਂ ਨੇ ਇਹਨਾਂ ਨਾਲ ਤੇ ਸਾਡੇ ਵਾਲੀਆਂ ਮਰਜੀ ਟਰੱਕ ਥੱਲੇ ਆ ਕੇ ਓ ਹਾਂ ਸੱਚ ਮੈਂ ਤਾਂ ਮਰਨ ਆਇਆ ਸੀ ਚਲੋ ਥੋੜਿਆ ਮੂਡ ਫਰੈਸ਼ ਕਰ ਲਈ ਸਵਰਗ ਚ ਗੇੜਾ ਮਾਰ ਆਉਂਦੇ ਆ ਖੁਸ਼ਬੂ ਹਾਂ ਪਕਵਾਨ ਬਣ ਰਹੇ ਨੇ ਓਏ ਆ ਦੇਖ ਲੋ ਆ ਹੁਣ ਜਿਹੜੀ ਵਿਚਾਰੀ ਪਰੌਂਠੇ ਬਣਾ ਕੇ ਲੈ ਕੇ ਆਈ ਹੈ ਨਾ ਹੁਣ ਇਹਦੇ ਹੱਥਾਂ ਦੇ ਪਰੌਂਠੇ ਖਾ ਲੂਗਾ ਰਾਤ ਨੂੰ ਦਾਰੂ ਪੀ ਕੇ ਇਸੇ ਵਿਚਾਰੀ ਦੀ ਗੁੱਤ ਫੜੂਗਾ ਬੇਬੀ ਆ ਕਰੋ ਨਹੀਂ ਬਸ ਹੋਰ ਨਹੀਂ 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 ਬੇਬੀ ਇਹ ਤਾਂ ਤੁਹਾਨੂੰ ਖਾਣਾ ਹੀ ਪੈਣਾ ਸਹੀ ਕਹਿੰਦੇ ਨੇ 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਬਸ ਖੰਡ ਹੁਣ ਹੋਰ ਨਹੀਂ ਲੱਗਦੇ ਆਲੂ ਨਾ ਹਲਕ ਤੱਕ ਆ ਗਏ ਆਲੂ ਮੇਰੇ ਚ ਤੁੰਨ ਕੇ ਤੁਸੀਂ ਸਮੋਸਾ ਬਣਾਉਣਾ ਐਵੇਂ ਕਿਵੇਂ ਨਹੀਂ ਲੰਘਦੇ ਜਦੋਂ ਤੁਹਾਨੂੰ ਮੈਂ ਕਿਹਾ ਸੀ ਕਿ ਬ੍ਰੇਕਫਾਸਟ ਦੇ ਵਿੱਚ ਮੇਰੇ ਲਈ ਸੈਂਡਵਿਚ ਬਣਾਇਓ ਆ ਪਰੌਂਠੇ ਕਿਉਂ ਬਣਾਏ ਆਓ ਕਹਾਣੀ ਮੈਂ ਟਵਿਸਟ ਖੰਡ ਰਾਤ ਆਲੂ ਬਚ ਗਏ ਸੀ ਨਾ ਮੈਂ ਕਿਹਾ ਬਰਬਾਦ ਕਾਹਨੂੰ ਕਰਨੇ ਆ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਫਲੋ ਫਲੋ ਚ ਮੈਥੋਂ ਇੰਨੇ ਬਣ ਗਏ ਮਿਸਿਸ ਮੋਹਾਲੀ ਰਹਿ ਚੁੱਕੀ ਆ ਮੈਂ ਦੇਖੋ ਕਿੰਨਾ ਮੇਨਟੇਨ ਕੀਤਾ ਆਪਣੇ ਆਪ ਨੂੰ ਤੇ ਤੁਸੀਂ ਆ ਪਰੌਂਠੇ ਖਵਾ ਕੇ ਮੈਨੂੰ ਮੋਟੀ ਕਰਨਾ ਚਾਹੁੰਦੇ ਹੋ ਪੈਰੀ ਹੱਥ ਲਾ ਦੇਣਾ ਜੀ ਗਲਤੀ ਹੋ ਗਈ ਕੋਈ ਗਲਤੀ ਨਹੀਂ ਜਿਹੜੇ ਹੱਥਾਂ ਨਾਲ ਪਰੌਂਠੇ ਬਣਾਏ ਆ ਨਾ ਉਹਨਾਂ ਨਾਲ ਹੀ ਖਾਓ ਜੇ ਉਹੀ ਹੱਥ ਜੋੜ ਕੇ ਮਾਫੀ ਮੰਗ ਲਾ ਫੇਰ ਨੋ ਮੈਂ ਫੇਸ ਪੈਕ ਲਾਉਣ ਚੱਲੀ ਆ ਮੇਰੇ ਆਉਂਦਿਆਂ ਨੂੰ ਮੈਨੂੰ ਆ ਪਲੇਟਾਂ ਖਾਲੀ ਚਾਹੀਦੀਆਂ ਨੇ ਨਹੀਂ ਤਾਂ ਅੰਜਾਮ ਤੁਹਾਨੂੰ ਪਤਾ ਹੀ ਆ ਜਾ ਆਪਾਂ ਇੱਕ ਹੋਰ ਕੰਮ ਕਰਦੇ ਆ ਜੇ ਗਊਆਂ ਨੂੰ ਆਪਾਂ ਪਾ ਦਈਏ ਨਾਲੇ ਆਪਾਂ ਨੂੰ ਪੁੰਨ ਲੱਗੂ ਮੇਰਾ ਤਾਂ ਘਰ ਵਾਲਾ ਹੀ ਗਊ ਹੈ ਉਹਤੇ ਪਤਾ ਲੱਗੂ ਜਿੱਦੀ ਇਸ ਗਾਂ ਨੇ ਸਿੰਕਾਂ ਤੇ ਚੱਕ ਲਈ ਦਲਜੀਤ ਪਤਾ ਦਲਜੀਤ ਨਹੀਂ ਦਲਜੀਤ ਦੋਸਾਂ ਮਾਂ ਤਾਂ ਸਿਰਫ ਭੌਂਕਦੀ ਹੈ ਤੇ ਮੈਨੂੰ ਲੱਗਦਾ ਵੱਡਿਆ ਵੀ ਕਰੂ ਉਹ ਗੱਲਾਂ ਤੂੰ ਦਲਜੀਤ ਦੁਸਾਂਝ ਦੀਆਂ ਕਰਦਾ ਜੇਕਰ ਤੂੰ ਬਿੰਦਰ ਖੇੜੀਆਂ ਲਾਈ ਜਾਂਦਾ ਹੈ ਪੁੱਤ ਮੇਰੀ ਹੈਲਪ ਕਰਾ ਦੇ ਕਿਉਂ ਜਦੋਂ ਮੈਂ ਕਿਹਾ ਸੀ ਮੈਂ ਤਾਂ ਹੋਮਵਰਕ ਕਰਾ ਦਾ ਉਦੋਂ ਪੁੱਤ ਮੇਰਾ ਤਾਂ ਆਪਣਾ ਮੈਥ ਵਿਗਾੜ ਰੱਖਿਆ ਤੇਰੀ ਮਾਂ ਨੇ ਨਾਲੇ ਆਪਣਾ ਕੰਮ ਆਪ ਕਰੀਦਾ ਹੁੰਦਾ ਚਲੋ ਸ਼ਾਬਾਸ਼ ਫੇਰ ਕਰੋ ਪੁੱਤ ਤੇਰੇ ਟਿਫਨ ਚ ਪੈਕ ਕਰਦਾ ਪਰੌਂਠੀਆਂ ਨਾਲੇ ਤੇਰੇ ਦੋਸਤ ਖਾ ਲੈਣਗੇ ਹੈਨਾ ਮਾਂ ਨੂੰ ਕਿਉਂ ਬਾਜਾ ਮਾਰਦਾ ਪੁੱਤ ਮੈਂ ਛੱਡਿਆ ਨਾ ਤੁਸੀਂ ਪੈਕ ਲਾਓ ਮੈਂ ਛੱਡਿਆ ਨਾ ਪੁੱਤ ਕਾਸ਼ ਉਸ ਦਿਨ ਮੈਂ ਫਾਹੀ ਲੈ ਲਿਆ ਹੁੰਦਾ ਮੇਰਾ ਕਿਰਨ ਨਾਲ ਵਿਆਹ ਕਰ ਦੋ ਨਹੀਂ ਮੈਂ ਇੱਥੇ ਮਰੂੰ ਸਾਰੇ ਟੱਬਰ ਦੇ ਸਾਹਮਣੇ ਮਰੂੰ ਸ਼ੁਕਰ ਕਰੋ ਮੈਂ ਲਾਈਵ ਹੀ ਨਹੀਂ ਹੋ ਰਿਹਾ ਨਹੀਂ ਤਾਂ ਤੁਹਾਡਾ ਸਾਰੇ ਪਿੰਡ 'ਚ ਤੇ ਸਾਰੀਆਂ ਰਿਸ਼ਤੇਦਾਰੀਆਂ 'ਚ ਪੂਰਾ ਜਲੂਸ ਨਿਕਲਦਾ ਨਾ ਪੁੱਤ ਨਾ ਤੇਰੇ ਬਗੈਰ ਸਾਡਾ ਘਰ ਸੁੰਨਾ ਹੋ ਜੂ ਕਿਧਰੇ ਨਹੀਂ ਹੁੰਦਾ ਸੁੰਨਾ ਘਰ ਇੱਕ ਜਣੇ ਤੇ 15-15 ਤੋਂ ਜਵਾਕ ਨੇ ਸਾਨੂੰ ਤਾਂ ਕੋਈ ਪੂਰੇ ਟੱਬਰ ਨੂੰ ਵਿਆਹ ਤੇ ਵੀ ਨਹੀਂ ਬੁਲਾਉਂਦਾ ਵੀ ਜੇ ਬੁਲਾ ਲਏ ਤਾਂ ਬਰਾਤ ਨੂੰ ਕੀ ਖਵਾਵਾਂਗੇ ਪੁੱਤ ਮੇਰੀ ਗੱਲ ਸੁਣ ਸਾਨੂੰ ਰਿਸ਼ਤਾ ਮਨਜ਼ੂਰ ਹੈ ਪਰ ਤੇਰਾ ਸਹੁਰੇ ਘਰ ਚਮਾਈ ਬਣ ਕੇ ਰਹਿਣਾ ਮਨਜ਼ੂਰ ਨਹੀਂ ਉਹ ਘਰ ਚਮਾਈ ਰਹਿਣ ਚ ਕੀ ਬੁਰਾਈ ਹੈ ਉਹ ਕਮਲੇ ਸਿਆਣੇ ਐਵੇਂ ਤਾਂ ਨਹੀਂ ਕਹੇ ਭੈਣ ਦੇ ਘਰ ਭਾਈ ਕੁੱਤਾ ਸਹੁਰੇ ਘਰ ਕੁੱਤਾ ਹੀ ਠੀਕ ਆ ਪਰ ਮੇਰਾ ਕਿਰਨ ਦੇ ਹੱਥ ਪੱਟਾ ਫੜਾ ਦੋ ਚਲੋ 100 ਚੋਂ 1 ਅੱਧਾ ਕੇਸ ਤਾਂ ਖਰਾਬ ਨਿਕਲ ਹੀ ਆਉਂਦਾ ਆ ਮੇਲਾ ਦਾ ਗਾਉਣ ਵਜਾਉਣ ਦੀ ਆਵਾਜ਼ ਉੱਪਰੋਂ ਆ ਰਹੀ ਆ ਇੱਧਰ ਨੱਚਣੀਆਂ ਹੋਣੀਆਂ ਅਫਸਰਾਂ ਨੂੰ ਅੱਜ ਜਾਣੀ ਉਹਨਾਂ ਲੱਗੀ ਦਾ ਸਵਾਦ ਨਹੀਂ ਸੀ ਆਇਆ ਜਿੰਨਾ ਆ ਗਿਆ ਸਵਾਦ ਤੇਰੀ ਸੌ ਤੋੜ ਕੇ ਹੁਣ ਸ਼ੁਕਰ ਹੈ ਹਾਏ ਯਾਰ ਇਹ ਲਿਆ ਰੱਖੇ ਨੇ ਬਾਈ ਨੇ ਓਏ ਖੁਸ਼ੀ ਚ ਭੰਗੜੀ ਪਾਈ ਜਾਂਦਾ ਚੋਪਰ ਜੱਟ ਠੇਕੇ ਦੀਆਂ ਪੌੜੀਆਂ ਤੂੰ ਉਤਰੇ ਸਲੂਨ ਦੀਆਂ ਮਿਲ ਬੇਬੀ ਮਿਲ ਚਿਉ ਨਾ ਮਿਲ ਬਾਬੂ ਥੱਕ ਗਿਆ ਸੀ ਪਰ ਮੈਂ ਤਾਂ ਹਲੇ ਹੋਰ ਭੰਗੜਾ ਦੇਖਣਾ ਸੀ ਫਿਰ ਚਲੋ ਹੋ ਜਾ ਸ਼ੁਰੂ ਬਸ ਕਰ ਯਾਰ ਬਹੁਤ ਪਵਾ ਲਿਆ ਭੰਗੜਾ ਕਿੰਨਾ ਚਿਰ ਹੋਇਆ ਯਾਰ ਮੈਨੂੰ ਛੀ 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 ਕਰਦੇ ਨੂੰ ਇੱਕ ਵਾਰੀ ਛੀ ਨਹੀਂ ਗਿਆ ਕੁਛ ਤਾਂ ਰਹਿਮ ਕਰ ਲੈ ਯਾਰ ਮੇਰੇ ਤੇ ਅੱਛਾ ਜੀ ਇਸ ਦਾ ਮਤਲਬ ਮੈਂ ਤੁਹਾਡੇ ਤੇ ਜ਼ੁਲਮ ਕਰ ਰਹੀ ਹਾਂ ਉਹ ਨਹੀਂ ਸ਼ਾਲੂ ਤੂੰ ਗਲਤ ਸਮਝ ਰਹੀ ਹੈ ਬੁੱਗੇ ਹਾਂ ਹਾਂ ਹਮੇਸ਼ਾ ਮੈਂ ਹੀ ਗਲਤ ਹੁੰਨੀ ਹਾਂ ਤੁਸੀਂ ਜੋ ਸਹੀ ਹੈਗੇ ਹੋ ਸਾਰਾ ਮੂਡ ਖਰਾਬ ਕਰ ਦਿੱਤਾ
पांच मिनट नहीं मेरी खुशी नहीं ना सकते सी। मैंनू लगता सलाए भी लंडुई निकलू यार। पांच मिनट पूरे दो घंटे हो गए बिना रोके नाते ना शालू। वाह हुन तो टाइम भी गिन गिन के कटे जा रहे मेरे नाल। मैं पुरानी हो गई है ना, मैं सब समझ रही हूँ। थोड़े वर्गे मर्दा का इतिहास गवाह है। एक राजे दी 100-100 राणियां होंदियां, पर कभी वेखे एक राणी दे 100-100 घर वाले होण? पहला ने परौठे खाते सी ते ये छत्तर खाऊ। झूठ तो तुहाडे शरीर च खून तो वध रचा होया वे। व्याह तो पहले कुछ होर ते व्याह तो बाद कुछ होर। तुहानू याद भी है तुसीं मेरे नाल व्याह तो पहले की गल्लां कीतियां सी? बात है दलेर जी, तो सब भंगड़े बहुत सोना पाते हो। जे तुसी ऐदे ही सामने खड़े रहो ना, मैं सारी जिंदगी भंगड़ा पाई जावा। आ फू कोच साहब बेइज्जती करा के रखती। अच्छा आ बैठिया ने स्वर्ग दी अप्सरावां। चलो शुरू करिए। हाँ चांदन साबार, चांदन साबार। भैन जी भला इस आसन का की फायदा होया? इस आसन नाल सह रोकन की प्रैक्टिस होंदी है, ताकि इको साथ घर वाले नू 10-12 कम गिनाए जा सकन। चलो लम्बे पाओ सारे जाने। लम्बे पैन वाला आसन देखो, कम तो सारा घर वाले ने करना सारा दिन। आप सारा दिन वेले बैठ के थक जावांगे ना, सौन दी भी तो प्रैक्टिस करनी चाहिए है ना। सही गल है। तुसी कित्थों कढ़ के लियानो भैन जी एहो जी तरकीबां? बस कदे माण ही नहीं कीता अपने आप ते। वैसे भी ना जिथे दो जवाई एक घर वाला होवे इन्ना क तेज ते होना फिर बनदा ही है ना। ते तितली दा व्याह कदों करना तुसी भैन जी? बस जदों कोई थल्ले लगण वाला, आई मीन जदों कोई सिद्ध पदरा जा मुंडा मिल गया कर देवांगे। तो जे कोई टेढ़ा जा निकल आया तो फिर साडी फैमिली नू विंग वाल कढू आसन भी चंगी तरह नाल करने आउंदे ने। तुहाडे भाजी दे वी ते सारे विंग मैं ही कढे होए ने। चलो लेटो हुण। दोर फेटे मूं आ बंदियां दी जून तां साडे कुत्तियां नालों भी बुरी है। चलो ए शेरू कोई हड्डी हुड्डी लभ के अबदली कालो नूं मनाईए। वीरे मैनूं ऐ जे क्यों लगी जांदा वी इत्थे झाड़ू पोचा जा नहीं कीता हुंदा? चुप कर जाओ ए, जे डैडा ने सुन लिया ना तां ताईआं जिड्डियां जीभां निकल आउणगीआं आपणीआं। इत्थे लवा लैणगीआं गोडणीआं लाउंदा रही फिर पोचे बाल्टी लै के। एक बारी होर ट्राई कर ला। की है जीजू इन्निया गुदगुतारिया कीतिया, तुसी तां हसे ही नहीं। ओ की दसां तैनू तितलीए, जिदें दा तेरी भैण नाल विआह होया ना ओदें दा हसण वाला सॉफ्टवेयर ही करप्ट होया पिआ साडा। तितली घरदिआं ने तेरा नाम जमा सही रख्या, घुमदी हो रहनी है। मैं कल्ली घुमदी नहीं, मैं तां उड्डदी भी हां। पर ना की है जीजू तुहाडा नाम नहीं सही, एक दा दलेर दूजे दा शमशेर। ना तुहाडे च कोई दलेरी दिखदी आ ना तुहाडे च शमशेरी। ओ रहण दे तितलीए, पहलां वी तू इक दिन ना पंप दे के आपदी भैण मूरे ललकारे मरवाते सी। मैं तो उस दिन तक गरारे भी हुण हमिंग करदा है करके भी कितने तेरी भैन मेरे गरारे भी ललकारे ना समझ ले। सची बहुत औखा है तुहाडा जीजू। औखे वर्गा औखा तितली। हाँ
शालू ठीक हो? हाँ ठीक हाँ। ओके ओके। वैसे भी जो मैंने कुछ हो गया ना थोनू की? नहीं यार शालू, ऐदा ही था, कोई गल नहीं। ऐदा दी गल आ, जे मैंने कुछ हो गया ना तो उसका रोना भी नहीं। रोऊंगा यार, रोऊंगा क्या नहीं। हाँ ठीक है तो। अच्छा मतलब तुसी चाहते हो कि मेनू कुछ हो जावे, मेनू कुछ हो जावे, खेड़ा छुटे, तुसी किसी होर नु घर ले आओ ते मेरे हिस्से दी सारी प्रॉपर्टी थोनू मिल जाए। ओ गॉड, सच्ची तेरी तो जिंदगी बर्बाद हो गई। सॉरी बग्गे। हुण वेखी की जाने हो, क्रॉसिंग कट के दियो, गुलाब ला के सिर दुखन लादा मेरा। आलो आलो। सानू तो एक एक मिनट लंघा औखा होया पे, साडा तो हुण खूह दे डड्डू वाला हाल होया पे, टप्पी तो जाने पर बाहर नहीं निकल सकते। दीदी ए देखी जीजू की कह रहे ने। मैं तेनू बहुत प्यार करदा, आखने के मैं रोटी बनाऊ, छोटे नेल पॉलिश लाई है ना। आपा तो किवें ना किवें कढ ली, जिहड़ा इहदे वाला आऊ उहदा की हाल होऊ बेचारा। एक होर टंगा गया जी बेचारा है वीरे, ये कोई टाइम हैगा हजे इन दसना दे बात जूगा बेचारा रहन दे। कहते आप हल्ला शरी देखे अगले तू कथड़ी का केस ना करा दिए। आप गुड लक कह दें, गुड लक वीरे, गुड लक। किसी ने कुछ किया नहीं तो मैं कहाँ से दे दूँ? जेब से निकाल, पीछे वाली जेब से निकाल। तुमसे शादी करके ना जिंदगी खराब हो गया है हमारा। अरे सब दे तो दिया और क्या, जेब से ताजमहल निकाल के दे दूँ? ऊंची आवाज में बात मत करो हमसे, कल से ना, कल से तो हर बीड़ी बंद। अरे अरे अब गुटखा भी बंद। अरे ऐसा मत करो, खाना भी बंद। अरे क्या बात कर रही हो, पानी भी बंद। ओ यार इतना जुल्म कौन करता है? तुम्हारा ना शौचालय जाना भी बंद कर दूंगी, एक नंबर का फेफड़ा है तू। शुक्र है यार आज टाइम सिर आ गए, नहीं तो सुरूफ ना खाने अज फिर आंदे घेर लेना। अपनी भी काफी जिंदगी है वीरे, घरे घर वालियां तंग कर दियां ने, इतने मोनिका मैडम नहीं टिकन दिंदी। कोई नहीं, हां मोनिका नु भी आपां घर वाली समझ के माफ कर देंगे। सॉरी मैडम। कितने साल से जॉब कर रहे हैं आप यहाँ पे? तीन साल तो जी। तीन साल में ये नहीं पता लगा कि ये मेरी पार्किंग है, तुम्हारे बॉस की? 15 साल से जॉब कर रही हूँ यहाँ पे मैं, स्कूटी पे आती थी तब भी यहीं अपनी स्कूटी खड़ी करती थी। सॉरी मैडम। व्हाट डू यू मीन बाय सॉरी? बस सॉरी बोल दो, हो गया। स्कूल में ऐसे होता था क्या? ना जी, उसे तो मुर्गा भी बनना पड़ता था। ओ जस्ट शट अप, मुर्गा बनना पड़ता था। वैसे तुम्हें पता ही होगा कि अब तुम्हें क्या करना है। हाँ जी। तुम्हें मुझे सॉरी लिख के देना है। हाँ जी। कितनी बार? 501 बार जी, 501 बार। हाँ जी, हाँ जी मैम। हर बारी 501 बारी सॉरी लिखा लेंदी है, पता नहीं इन्हें कि समाह से चढ़ा के आनी ने सॉरिया। चल चलिए वीरे, बहुत तंग कर दिया वीरे। 15 साल पहले मेरी सतूतरी भी दहा थरती थी, अब मेरी तार भी दहा थरती है। इनू इतना प्यार है ना अपनी खान नाल, इदी समौत भी इसे थों ते। सही कह वीरे, इहे जो बैठे हुण सौरियां इहदे वास्ते। भाई घबरदा क्यों आ, मैं तां पहली लिख के लियाउणा सौरी। अच्छा हां, वैसे मटर कड्डण नाल तेरी लिखण दी स्पीड वध गई। हां तूं फिकर तूं ना कर, एमरजेंसी कोटा तां मेरे कोले भी है। इसमें झगड़ने वाली क्या बात है, अगर तुम बिजी हो ना तो मैं भी बिजी हूँ, 10-10 घंटे जॉब करती हूँ यहाँ, और तुम बोलते हो कि कॉल क्यों की। हद है यार,
वीरे मेनू गलती प्रियंका दे घर वाले दी लगदी आ। वीरे गलतियां हुंदियां घर वाले दियां, घर वाले च कोई गलती कढ सकदा? जे कढ सकदा तां तू शालू दी गलती कढ के दिखा फिर दसे तैनू कसूर सारा एदा ही होना। डेढ़ डेढ़ सौ तो फोन कर दिया, फिर उन्हें पूछू किथे गया सी, किथे आया सी, कौन गया सी, कौन आया सी, की खादा सी, की पीता सी। उन्हें बेचारे गरीब ने की पीना, पीती तो तू है उदा खून। असे ही कह रहे शमशेर, हुन मेरी घर वाली नू मरिया दो साल हो गए, अज भी सुपने च आके रोज मेरे नाल लड़दी है। ओ मैं ता रात नू सोनो भी डरदा है। ताही अकंदे जी भई अंकल दिया एदा मतलब जी फिर मरण तो बाद भी नहीं खड़ा छड़ दिया। ओ खोरे की चाहुंदियां पत्नियां सानू रोज रवाउंदियां पत्नियां, इना रब भी बाणी पा लिया बंदा चूंड चूंड के खा लिया, खुद टोले दियां लाउंदियां पत्नियां। खोरे की चाहुंदियां पत्नियां, खोरे की चाहुंदियां पत्नियां, खोरे की चाहुंदियां पत्नियां। सर जी। हां जी सर जी, आ लो जी। ये वीरे मेरी शादी का कार्ड। ओ शादी का नहीं वीरे, बर्बादी का कार्ड कह। बर्बादी का मैं समझा नहीं जी। असी समझाने आ, ये कार्ड का रंग केड़ा? लाल। खतरे का केड़ा रंग होंदा? लाल। ते जदों कोई हादसा हो जांदा है 7 बजे तो केड़े रंग का खून निकलता है? लाल। जदों अपना किसी नाल पंगा पै जाए तो बंदा कुट कुट की कर दिंदा? लाल। फिर समझ मेरे लाल। पुनीत वैट नेहा, ए तेरी जिंदगी दा लास्ट दिन होगा जदों तेरा नाम तेरी घर वाली तो उत्ते लिखा जाऊगा। फिर उस बाद सारी उम्र अपनी घर वाली तो थले लगा रहेगा वीरे। 14 फरवरी 2023 ए तेरी आजादी दा आखरी दिन होने पड़ू। शाम नू 5 बजे डोली तुरन दे नाल नाल तेरियां खुशियां भी तुर जानगियां वीरे। डोली दे विच रो रो के तेरे घर वाली डेमो दे रही होनी ਕਿ ਅੱਜ ਤੋਂ ਬਾਅਦ ਤੂੰ ਹੀ ਇਸੇ ਤਰ੍ਹਾਂ ਅੱਖਾਂ ਚ ਘੁਸੁੱਣ ਦੇ ਰਹੇਗਾ। ਫਿਰ ਡੀਜੇ ਵਾਲੇ ਨੇ ਗਾਣਾ ਲਗਾਉਣਾ, ਮੁੰਡਾ ਆਪਣੀ ਦਵਾਈ ਵਿੱਚ ਨੱਚਦਾ ਵੀਰੇ, ਤੇ ਸਮੂਹ ਪਰਿਵਾਰ ਨੇ ਤੇਰੇ ਉੱਤੋਂ ਨੋਟ ਮਾਰਨੇ ਨੇ ਵੀਰੇ। ਆ ਮਿਲੇ ਚਾਚੂ ਕੀ ਸ਼ਾਦੀ ਪੇ ਜਲੂ ਲਾਣਾ, ਹੁਣ ਬੱਚੇ ਨੂੰ ਕੀ ਪਤਾ ਚਾਚੂ ਦੀ ਸ਼ਾਦੀ ਹੈ ਜਾਂ ਬਰਬਾਦੀ ਹੈ। ਸਰ ਜੀ ਹੁਣ ਫਿਰ ਮੈਂ ਕੀ ਕਰਾਂ? ਹੁਣ ਤਾਂ ਬਸ ਸਬਰ ਹੀ ਕਰ ਸਕਦੇ। ਸਾਰਾ ਦਿਨ ਨਚਾਉਂਦੀ ਰਹਿੰਦੀ ਆ, ਇੰਨਾ ਤਾਂ ਮੈਂ ਕਦੇ ਢੋਲ ਤੇ ਨੱਚ ਲੈ, ਨਾ ਤੇਰੀਆਂ ਉਂਗਲਾਂ ਤੇ ਨੱਚ ਲਿਆ, ਜਦੋਂ ਫੜ ਕੇ ਤੇਰੀ ਗੁੱਤਰੀ ਪਵਾਈ ਨਾ ਮੋਰ ਚਾਲ, ਤੂੰ ਤਾਂ ਪੰਮੀ ਬਾਈ ਵਾਂਗੂ ਚੀਚੀ ਹੱਸ ਕੇ ਹੋਏ 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 ਹੜੀਪਾ ਕਰਦੀ ਫਿਰੇਂਗੀ, ਨਾਲੇ ਯਾਦ ਰੱਖੇਂਗੀ ਵੀ ਸਰਦਾਰ ਦਲੇਰ ਸਿੰਘ ਨਾਲ ਵਾਹ ਪਿਆ ਸੀ। ਉਹ ਮਸੜਾ ਹੁਣ ਮਾਸੀ ਰਵਾਉਣੀ ਹੈ। ਬਸ ਵੀ ਕਰ ਮੇਰੇ ਸਿਰ ਦੇ ਸਾਈਆਂ, ਬਹੁਤ ਹੋ ਗਿਆ ਓਏ, ਚੱਲ ਹੁਣ ਮੇਰੀ ਵਾਰੀ ਹੈ, ਫੜੋ ਦਿਲਜੀਤ, ਹੜ ਮਸੜਾ ਬਣ ਜਾ ਮੰਮੀ। मेरे घर वाली बन, आ मुजरे वाली ना बन। ओके हां, गुस्सा कढ़ना अपना, जेबा चो नोट नहीं कढ़ने अपने। वड्डी मिसेज चंडीगढ़, ओ कैट वांग तू मेरी कराउंदी रहनी आ सारा दिन रसोई च। हैं गऊ गऊ कह के ना हब्बा परौंठे दा खवाता तू मेनू, कोई इन्ना तो समान कोई डस्टबीन च नहीं सिटदा जिन्ना तू मेरे ढिड च सिटता, वो इन्ना नुकसान तो रूस ने यूक्रेन का नहीं किया जिन्ना तू मेरे शरीर का करता। कर जा मैं तेनू दसदा वड्डी दी छपड़ी। सॉरी भाई, जज्बातों के बहन च बह गया सी, मैनू लगे कि मेरे घर वाली है। वीरे मैं उहदी चुन्नी लई आ, खल ला के नहीं पाई। जे उहदी खल लाउण चुके हुंदे फिर काहदियां गल्लां सी? जे थोड़ा ड्रामा हो गया मैं चुन्नी लै जा। हाँ लै जा। आम बना के पिछले बना के 150 हो गए। तू मेरा मुंडा है कि प्रॉपर्टी डीलर है? कमीशन तो बिना गल ही नहीं करता। जानते खेड के चुन्नी लेके आना। ओ चुन्नी लेके आना, कोई कंज नहीं लाके लियांदा। ओए कंज ही लाके लियांदा, जिवें ओ फुर फुर पकारे मरदे फिरदी ना। सपणियां निरियां सपणियां। सही गल है वीरे, जा पै जाओ जाके। सौ जूंगा मैं, केड़ा थोड़े वांगू उठ के भांडे मांजणे हुंदे आ, मारदे आ गल्लां। जा पा जा, आपां नूं तां इह नहीं टिकण दिंदी पिंड जी। वी यारी क्या मेरा जे नाम हो रिया कर, मार मार के तहूं कर दूं तैनूं दसां। ਕਿੱਥੇ ਸ਼ੰਗਣ ਤੇਰੇ ਹੋ ਗਿਆ ਟਾਈਮ, ਤੂੰ 4-5 ਦਿਨ ਲੋੜ ਰਹਿੰਦੀ ਆ ਤੈਨੂੰ ਮੈਂ ਦੱਸਾਂ। ਬੜਾ ਸਮਝਾਇਆ ਵੀ ਆ ਸੀਰੀਅਲ ਦਾ ਨਾਂ ਦੇਖਿਆ ਕਰ, ਉਹ ਮਰਦਾ ਦੇ ਘਰ ਪੱਟੇ ਜਾਂਦੇ, ਪਰ ਇਹ ਜਨ ਸਮਝੀ ਆ ਗੁਤਨੀ ਜੀ ਪਟਾ ਕੇ ਹੁਣ ਚੰਗਾ ਰਾਮ ਆਇਆ, ਆ ਨਾਟਕ ਬਾਜੀ ਬੰਦ ਕਰ ਤੈਨੂੰ ਦੱਸਾਂ। ਆ ਹੁੰਦੇ ਬਈ ਅਸਲੀ ਬਾਤ, 15 ਦਿਨ ਹਜੇ ਹੋਏ ਨੀ ਕਿਰਾਏ ਤੇ ਆਏ ਨੂੰ, 20 ਵਾਰੀ ਜਨਾਨੀ ਕੁੱਟਤੀ ਸਣੇ ਚੁੰਨੀ, ਗੱਲਾਂ ਮਾਰਦੀ ਆ। ਆ ਕੀ ਗੱਲ, ਇਹ ਚੱਕਦੀ ਆ? ਹੈਲੋ ਬਾਈ ਜੀ, ਵੀਰੇ आजा भाई, पैक 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 लो आई, आजा
ਅੱਛਾ ਆ ਜਾ ਜਾ ਲੰਘਿਆ ਤੇ ਕਿਉਂ ਬਾਲ ਨਹੀਂ ਮਰ ਜਾਂਦੀ ਗੱਲ ਤੂੰ ਤੜਕੇ ਰੱਖ ਮੈਂ ਆਇਆ ਐਵੇਂ ਨੀ ਗੱਭਰੂ ਨੂੰ ਪ੍ਰੇਮਾ ਕਹਿੰਦੇ ਗੱਡਾ ਮਾਰਦੇ ਮੈਂ ਨੀ ਉਹ ਦੇਣਾ ਤੇ ਆ ਦੇਣਾ ਆਹੋ ਮੇਰਾ ਵੀਰ ਬਲੂੰਗੜੇ ਦੀ ਖਲ ਚ ਤੂੰ ਤਾਂ ਬੱਬਰ ਸ਼ੇਰ ਕੋਈ ਬੈਠਾ ਬੈਠ ਭਰਾਵਾ ਕੀ ਗੱਲ ਹੋ ਗਈ ਸੀ ਵੀਰੇ ਉਹ ਹੋਣਾ ਕੀ ਸੀ ਯਾਰ ਮੈਂ ਵਿਹਲਾ ਬੈਠਾ ਸੀ ਮੈਂ ਸੋਚਿਆ ਤੁਹਾਡੀ ਭਰਜਾਈ ਨੂੰ ਫੇਂਟ ਦਿਆਂ ਫੇਰ ਫੇਂਟਦੀ ਉਹ ਗੱਲ ਸੁਣੋ ਉਹ ਪਤੰਦਰੋ ਤੁਸੀਂ ਆਪਣੀਆਂ ਘਰਵਾਲੀਆਂ ਨੂੰ ਫੇਂਟਦੇ ਨੀ ਹੌਲੀ ਬੋਲ ਭਰਾਵਾ ਮੇਰੇ ਤਾਂ ਜੇ ਭਾਂਡੇ ਮਾਂਜਣ ਵਾਲੇ ਪਿਆ ਕਿਤੇ ਮੈਨੂੰ ਇਹਨਾਂ ਫੈਂਟੀ ਚੜ ਜੇ ਮੈਂ ਵੀ ਹਜੇ ਵੀਰੇ ਕੱਪੜੇ ਮਾਂਜਣੇ ਹਜੇ ਧੋਣੇ ਕਹਿਣਾ ਸੀ ਬੌਂਦਲਾ ਪਿਆ ਬਜਾਰਾ ਉਹ ਇੰਨਾ ਬੁਰਾ ਹਾਲ ਔਖਾ ਤੁਹਾਡਾ ਆ ਉਹ ਵੀਰੇ ਥੁੱਕਦਾ ਕਿਉਂ ਮੈਂ ਪੋਚੇ ਵੀ ਸਾਨੂੰ ਹੀ ਲਾਉਣੇ ਪੈਣੇ ਆ ਔਖੇ ਵਰਗਾ ਔਖਾ ਹਜੇ ਪਰਸੋਂ ਦੀ ਸੁਣ ਲੈ ਥੈਂਕ ਯੂ ਬੇਬੀ ਪਿੰਕ ਨੇਲ ਪੇਂਟ ਦਿਓ ਮੈਂ ਪਿੰਕ ਮੰਗੇ ਆ ਪਿੰਕੀ ਆ ਹੋਰ ਕਿਹੜਾ ਸਰੋਂ ਫੁੱਲ ਹੈ ਇਹ ਬੇਬੀ ਪਿੰਕ ਹੈ ਬੇਬੀ ਪਿੰਕੀ ਹੈ ਇਹ ਪਰ ਮੈਨੂੰ ਇਹ ਪਿੰਕ ਨਹੀਂ ਚਾਹੀਦਾ ਹੋਰ ਕਿਹੜਾ ਪਿੰਕ ਹੁੰਦਾ ਹੈ ਇਧਰ ਆਓ ਇਧਰ ਦੇਖੋ ਗੌਰ ਨਾਲ ਦੇਖੋ ਆ ਰੂਬੀ ਪਿੰਕ ਹੁੰਦਾ ਹੈ ਇਹ ਫਾਇਰੀ ਪਿੰਕ ਹੁੰਦਾ ਹੈ ਫੈਰੀ ਪਿੰਕ ਹੁੰਦਾ ਹੈ ਪਰਪਲ ਪਿੰਕ ਹੁੰਦਾ ਹੈ ਕੁਰੇਸ਼ਨ ਕਾਟਨ ਕੁਰੇਸ਼ਨ ਪਿੰਕ ਕਾਟਨ ਕੈਂਡੀ ਰੋਜ਼ ਪਿੰਕ ਟਿਊਲਿਪ ਪਿੰਕ ਵਰਦੀ ਪਿੰਕ ਕਾਟਨ ਪਿੰਕ ਸਮੋਰੀ ਪਿੰਕ ਹੁੰਦਾ ਹੈ ਐਲੀਫੈਂਟ ਪਿੰਕ ਏਨੀਆ ਪਿੰਕ ਪਰਪਲ ਪਿੰਕ ਹੌਟ ਪਿੰਕ ਨਿਊਨ ਪਿੰਕ ਬਾਰਿਕ ਪਿੰਕ ਸਨੈਪ ਡੈਗਨ ਪਿੰਕ ਪਿੰਕ ਲਮੈਂਡਾ ਸੈਂਸਿਟ ਪਿੰਕ ਬਬਲ ਗਮ ਪਿੰਕ ਹੌਟ ਪਿੰਕ ਲੋਕਾਂ ਨੂੰ ਤਾਂ ਮਲੇਰੀਆ ਹੁੰਦਾ ਮੈਨੂੰ ਤਾਂ ਪਿੰਕ ਏਰੀਆ ਹੋ ਗਿਆ ਬਾਈ ਓਹੋ ਉਹ ਮੈਨੂੰ ਸਮਝ ਨਹੀਂ ਆਉਂਦੀ ਉਹ ਤੁਸੀਂ ਇੰਨੇ ਅਤਿਆਚਾਰੀ ਮਾਹੌਲ ਵਿੱਚ ਕਿਵੇਂ ਰਹਿ ਰਹੇ ਹੋ ਯਾਰ ਇਸੇ ਕਰਕੇ ਤਾਂ ਬਾਈ ਤੈਨੂੰ ਪੁੱਜਿਆ ਖਵਾ ਰਹੇ ਹਾਂ ਨਹੀਂ ਤਾਂ ਤੇਰੇ ਮੂੰਹ ਤੇ ਅਸੀਂ ਥੁੱਕੀ ਹੋਣਾ ਕਦੇ ਤੂੰ ਦੱਸ ਕੋਈ ਤਰੀਕਾ ਉਹ ਤਰੀਕੇ ਤਾਂ ਬਹੁਤ ਸੀ ਪਰ ਤੁਸੀਂ ਸਾਰੇ ਲਗਾ ਲੈ ਲਗਾ ਲੈ ਉਹ ਮੇਰੀ ਗੱਲ ਸੁਣੋ ਉਹ ਜਨਾਨੀ ਨੂੰ ਵਿਆਹ ਪਹਿਲੇ ਦਿਨ ਜਿਹਨੇ ਖੜਕਾਤਾ ਤਾਂ ਤੁਹਾਡੀ ਬੱਲੇ ਬੱਲੇ ਜੇ ਜਨਾਨੀ ਨੇ ਤੁਹਾਨੂੰ ਖੜਕਾਤਾ ਫਿਰ ਸਾਰੀ ਉਮਰ ਤੁਹਾਡੀ ਥੱਲੇ ਥੱਲੇ ਵੀਰੇ ਤੂੰ ਆ ਵੋਟਾਂ ਵਾਲਿਆਂ ਵਾਂਗੂ ਨਾਰੇ ਜਨਾ ਮਾਰ ਤੂੰ ਚੰਗੀ ਤਰ੍ਹਾਂ ਸਮਝਾ ਸਾਨੂੰ ਕੀ ਕਰਨਾ ਪੈਣਾ ਉਹ ਦੇਖੋ ਮੇਰੀ ਸੁਣੋ ਗੱਲ ਤੁਸੀਂ ਹੈਗੇ ਆ ਮੁਰਗਾ ਸ਼ਾਹ ਪਟਾਕੇ ਉਹ ਤੁਹਾਡੀਆਂ ਜਨਾਨੀਆਂ ਨੇ ਤੁਹਾਡੇ ਧਮਾਕੇ ਤੋਂ ਕੀ ਡਰਨਾ ਉਹ ਤੁਹਾਨੂੰ ਤਾਂ ਜਵਾਕ ਵੀ ਹੱਥਾਂ 'ਚ ਫੜ ਕੇ ਚਲਾ ਦਿੰਦੇ ਆ ਹੁਣੇ ਚਲਾ ਕੇ ਗਿਆ ਤਾਂ ਹੀ ਤਾਂ ਧੂਆਂ ਧੂਆਂ ਹੋਇਆ ਪਿਆ ਪਰ ਵੀਰੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਉਹ ਪੈਗ ਪਾਉਣਾ ਚਾਹੀਦਾ ਆਪੇ ਵੀਰੇ ਦੇਖੋ ਤੁਹਾਨੂੰ ਚਾਹੀਦਾ ਇੱਕ ਐਟਮ ਬੰਬ ਜਿਹੜਾ ਘਰ ਵਿੱਚ ਨਾ ਬੰਬਾਲ ਮਚਾ ਦੇ ਜਿੱਦਾਂ ਤੁਹਾਡੀ ਸਾਲੀ ਕੁਵਾਰੀ ਹੈ ਨਾ ਉਹਨੂੰ ਕਿਸੇ ਇਹੋ ਜਿਹੇ ਬੰਦੇ ਨਾਲ ਵਿਆਹ ਦਿਓ ਮਾੜੀ ਮੋਟੀ ਤੜੀ ਫੜੀ ਕਰਨ ਤੇ ਝੱਟ ਫੈਂਟੀ ਲਾ ਦੇਵੇ ਫੇਰ ਹੀ ਇਸ ਘਰ 'ਚ ਮਰਦ ਰਾਜ ਸਥਾਪਿਤ ਹੋ ਸਕਦਾ ਵੀਰੇ ਹੁਣ ਆਪਾਂ ਐਟਮ ਬੰਬ ਦਾ ਕੀ ਕਰੀਏ ਓਏ ਅੱਜ ਕੱਲ ਕਿਹੜੇ ਭਾਲਦਾ ਤੂੰ ਐਟਮ ਬੰਬ ਅੱਜ ਕੱਲ ਤਾਂ ਫੁੱਸ ਪਟਾ ਗਿਆ ਸਾਰੇ ਫੁੱਸ ਕਿਹੜਾ ਹੁੰਦਾ ਉਹ ਜੇਮਸ ਬੌਂਡ ਲੈ ਇਹ ਪਾਉ ਪੰਗਾ ਹੁਣ ਹੈ ਨਾ ਜੀ ਓ ਹੈਲੋ ਬਾਈਕ ਸਾਈਡ ਪੇ ਕਰੋ ਮੁਝੇ ਯਹਾਂ ਗਾੜੀ ਖੜੀ ਕਰਨੀ ਹੈ ਹੈਲੋ ਸੁਣਾ ਨਹੀਂ ਕਿਆ ਮੈਨੂੰ ਤਾਂ ਸੁਣਦਾ ਪਰ ਤੈਨੂੰ ਨਹੀਂ ਦਿਖਦਾ ਲੱਗਦਾ ये मेरी जगह है यहाँ पे हर रोज मेरी गाड़ी खड़ी होती है आज तो बात ऐसी जट दी बाइक खड़े करूँ तू और जगह लबला तुम जानते नहीं हो मुझे ओ हेलो जानता मैं तेरे वर्गी नक्सड़िया जिनकी शक्ल मेकअप थले ते अकल किटियां थले होंदी है यू आई वड्डी गड्डी है ਇਹ ਹੋ ਗਿਆ ਮਰਦਾਨੀ ਚੱਲ ਚੱਲੀਏ ਚੱਲ ਵੀਰੇ ਬਾਈ ਬਾੜਾ ਸਵਾਦ ਆਇਆ ਨਜ਼ਾਰਾ ਲਿਆਤਾ ਬੰਦੇ ਨੇ ਕਿਵੇਂ ਪੈਂਦਾ ਸੀ ਉਹ ਬਾਲੀ ਚੰਬਲੀ ਹੋਈ ਸੀ ਵੀ ਵੀਰੇ ਮੇਰਾ ਤਾਂ ਸੋਚ ਸੋਚ ਹਾਸਾ ਨਹੀਂ ਰੁਕਦਾ ਵੀ ਹੁਣ ਸੌਰੀ ਕਿਤੇ ਲਿਖਾਉ ਐਕਸਕਿਊਜ਼ ਮੀ ਸਾਈਡ ਹਟੋਗੇ ਹਾਂਜੀ ਹਾਂਜੀ ਸੌਰੀ ਮੈਡਮ ਅਸੀਂ ਤਾਂ ਹਟ ਜਾ ਗਏ ਉਹ ਤਾਂ ਛਡਵਾਉਂਦੀ ਇਹ ਆਪਣੇ ਦਫ਼ਤਰ ਇਹ ਪਟਵਾਉ ਜੁੰਡੇ ਐਕਸਕਿਊਜ਼ ਮੀ ਨਿਊ ਜੈਨੀ ਪਹਿਲਾਂ ਕਦੇ ਇੱਥੇ ਦੇਖਿਆ ਮੈਨੂੰ ਨਾ ਵੀਰੇ ਫਿਰ ਕਾਮਨ ਸੈਂਸ ਹੈ ਨਿਊ ਜੈਨਿੰਗ ਹੀ ਹੋਊਗੀ ਟੌਪ ਫਲੋਰ ਯੂਜ਼ ਕਰਿਆ ਕਰੋ ਟੌਪ ਫਲੋਰ ਵੀਰੇ
दिमाग नू कहना। अच्छा अच्छा वीरे मैं तेन गल समझा आया सी, तू बॉस दे सिंगा नू हाथ लगे पुठा पंगा ले लिया। भाई साहब बॉस नहीं हुंदा, बोक हुंदा। बबे होड़ा बो कक्का बोक। वीरे जिदे सिंगा नू तू हाथ लाया ना वो बोक नहीं बॉस है। बबे कनोड़ा बॉ ससा बॉस। देखी स्नेहा आउन वाला ही है। हां जी आउन वाला नहीं आ गया। टन 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 समरदीप सिंह चलो बुलावा आया है, मैडम ने बुलाया है, पूरी गुस्से च है, ले लो बधाइयां। टन 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 भाई साहब जरा पटड़ी छोड़ोगे इंजन ने लंघे। कोई नहीं वीरे तेरा इंजन करने वास्ते बुलाया उन्हें। एमरजेंसी कोटे वास्ते रखी सी, अज तेरे काम आ गई। ले फड़ गुड लक। हाँ जी मिस्टर समर, अपने ऑफिस में मैं अपने अलावा किसी और की ऊंची आवाज बर्दाश्त नहीं करती। यू नो मैं तुम्हें अभी नौकरी से निकलवा सकती हूँ, सड़क पे ले आऊंगी मैं तुम्हें। पहले तो तुम लोगों को नौकरियाँ मिलती नहीं है और जब मिल जाती है तो तुम सिर पे चढ़ जाते हो। आई डोंट नो तुम मैडम अपना रोब जाना अपने घर वाले रखी क्या उच्ची आवाज। मैं भी नहीं चढ़ता किसी दी, वो भी खास तौर से किसी जनानी दी। यू शट अप, ये पोस्टिंग मांग के नहीं ली मैं। पटाके पाई जांदा हेडक्वार्टर वाले ने भेजा मैनू, थोड़े टारगेट नहीं सी पूरे हो रहे। मगर ये जो तुम कर रहे हो ना, मगर गया तेल लेन। काम करना है काम कराओ, ते नाले मैनू उंगली जी दिखा के गल नहीं करनी। मैं तो सब्जी लेडी फिंगर पसंद नहीं करता। भैया आइटम बम बताओ वीरे। ये की है ये तू आप देख ले हुण की है वीरे। पता नहीं हां वीरे जान सार गल कर ली वीरे। खड़ जा पहला ये तो पता कर ली भी है कुआरा का ब्याह होया। हेलो वीरे। सत श्री अकाल वीरे। हेलो वीरे शेयरिंग इज केयरिंग स्कूल में सिखाया जाता सी ना। स्वाद बना दिया सब्जी भाभी, इनू भी कह दे साजे वाली भाभी का भी टेस्ट करा दे। आद खाई जी मेरा तो ब्याह नहीं होया, कुवारा मैं इतों मंगाई मंगा दा बेटा। कुवारा साउंड्स गुड गुड कितना बढ़िया लगता है कुवारा सुन के वीरे। अस भी कदे कुवारे होंदे सी, कितने मजे लुटदे सी वीरे। सोना टाइम सी वीरे। एक गल करनी सी के तुसी वीरे कत्तर दी जंग बारे तां सुणा ही होना। ਉਦੋਂ ਤਾਂ ਮੈਂ ਜੰਮਿਆ ਵੀ ਨਹੀਂ ਸੀ। ਜੰਮੇ ਤਾਂ ਅਸੀਂ ਵੀ ਨਹੀਂ ਸੀ ਵੀਰੇ, ਪਰ ਸਾਨੂੰ ਪਤਾ ਤਾਂ ਹੈਗਾ ਨਾ ਵੀ ਜਦੋਂ ਜੰਗ ਲੱਗੀ ਸੀ ਹਿੰਦੁਸਤਾਨ ਦੀ ਮਦਦ ਰਸ਼ੀਆ ਨੇ ਕੀਤੀ ਸੀ। ਹਾਂ ਤੂੰ ਸਾਡਾ ਰਸ਼ੀਆ ਬਣ ਜਾ ਵੀਰੇ, ਸਾਡੇ ਤੇ ਘਰੇਲੂ ਪਾਕਿਸਤਾਨ ਭਾਰੀ ਪੈ ਰਿਹਾ ਹੈ। ਭੰਗ ਤਾਂ ਨਹੀਂ ਪੀ ਕੇ ਆਏ ਨਾ, ਸਾਡੀ ਸਾਲੀ ਨਾਲ ਵਿਆਹ ਕਰਾ ਲਾ ਵੀਰੇ। ਹੈ ਕਮਲੇ ਭਾਈ ਦਾ ਕਹਿਣ ਵੀਰੇ ਬਹੁਤ ਚੰਗੀ ਹੈ। ਵੀਰੇ ਕਿੰਨਾ ਕੁ ਟਾਈਮ ਲਾਉਣਗੀਆਂ, ਹੁਣ 2 ਘੰਟੇ ਹੋ ਗਏ ਉਹਨਾਂ ਨੂੰ। ਮੈਨੂੰ ਕੀ ਪਤਾ ਵੀਰੇ, ਹੁਣ ਸ਼ਾਪਿੰਗ ਕਰਦੇ ਕਰਦੇ ਥੱਕ ਜਾਣਗੇ, ਹੱਥ ਨੇ ਆਪਣੇ ਤੋਂ ਲੱਤਾਂ ਕਟਾਉਣਗੀਆਂ। ਵੀਰ ਬਣ ਕੇ 2 ਮਿੰਟ ਫੜ ਲੈ ਜਰ, ਮੈਂ ਬਾਥਰੂਮ ਜਾ ਕੇ ਆਉਣਾ। ਆ ਵੀਰੇ ਮੇਰੇ ਗੋਡੇ ਤੇ ਟੰਗ ਦੇ, ਹੋਰ ਤਾਂ ਕੋਈ ਥਾਂ ਹੈ ਨਹੀਂ। ਉਹ ਮੇਰੇ ਬੁਢਾਪੇ ਦੀ ਲਾਠੀ, ਆ ਫੜ ਲੈ ਯਾਰ 2 ਮਿੰਟ। ਬੁਢਾਪੇ ਦੀ ਲਾਠੀ ਆ, ਕੋਈ ਕਿੱਲੀ ਨਹੀਂ ਬਾਈ, ਜੋ ਮਰਜ਼ੀ ਟੰਗ ਲੋ। ਇਹ ਵੀ ਮਾਂ ਬੂ ਵੀ ਫੜ ਚੱਕਦਾ ਓਏ। ਪੁੱਤ ਜਦੋਂ ਤੇਰਾ ਵਿਆਹ ਹੋ ਗਿਆ ਨਾ ਫਿਰ ਤੈਨੂੰ ਆਪੇ ਪਤਾ ਲੱਗ ਜੂ। ਹੈਲੋ ਗੋਲੀ ਮਾਰ ਦੇ ਪਰ ਆ ਗੱਲ ਨਾ ਕਰ। ਖੜ ਤੇਰੀ ਮਾਂ ਨੂੰ ਮੈਂ ਦੱਸਦਾ। कुछ नहीं मखा कुछ खा पी लेंदी है, काफी देर होगी थक गया होंगी। देखियो मेरी ड्रेस किवें लगदी है, मैं तो बंब लग रही है। बाकी ये दस दू तुसी देख भी रहे हो। बहुत सोहने लग रहे सोने। अच्छा जी ध्यान कितने से थोड़ा तेरे चे सोने। फिजिकली तुसी जरूर रहते हो बट मेंटली थोड़ा ध्यान कितने हो रही है। नहीं नहीं सोने तेनू ओद ही लगता है वीरे। दसी वीरे। हाँ ना पता नहीं दीदी देख लो, मैं सिर्फ ड्रेस पूछे कि मेरी ड्रेस केहो जी लग रही है, बड़े हमेशा को खिंच के पेंदे ने। मैं कितने खिंचिया सोने पुछ लो वीरे नू। मैनू की पता मेरा तो ध्यान किरण दे विच सी। मेरे वाल सी आ थर्ड नंबर बैग च जेड़ा मैं सूट खरीदया केड़े रंग दा थर्ड वाले च लाल
लाल नहीं काला। अच्छा काला पीला नहीं पर्पल डन कर दी। हले तो मैं सूट खरीदे ही नहीं नाले जो साढ़े ध्यान नहीं ना देना होंगे साढ़े ना शॉपिंग आने की लड़ नहीं चल पुत हटो पीछे धक्के लैके आनी हो थोड़े आना भी कौन चाहता चढ़ेला नाल एक ऐतवार की छुट्टी मिलती है उस दिन गुला दें दलेर यार समर मना के मना के मना पैना वीरे चल भी अज चाहे हाथ जोड़ने पैण हाँ जी चाहे पैरी पैना पवे पाई जाएंगे वीरे इतों रिश्ते की हां करा के मुड़ना वीरे थानू पक्का पता भी एड्रेस यही है खड़का के देख लें जे हो तो अंदर बढ़ जाएंगे जे कोई हो तो बीमा कर देंगे ठीक है किधर मुंह चक्या प्यासा खूब कोले आया वीरे एक मिनट पानी लेके आना पियो इत दफा पानी दे नाल थोड़ी जी बर्फ ते भुजे भी लेंगे वीरे लै वीरे आंडियां दी भुर्जी ना बनवादा थोड़ी इत्थे वधिया की बस माड़ा जा लून घट रखे है ओ हेलो चलो सर चलो ओ परा हो जा शगन लेके आया शगन शगन लेके आया नु घरों मोड़ी दा नहीं आज आप बैठ के गल करदे हां ओए इस तो पहला कि मैं थोनू शगन पावा आपका शगन लैके तुरदे बनाओ इतों कितने आप शगन हो जाए मैं रिलेशनशिप चा मेरी गर्लफ्रेंड है कौन है समर किधर भाभी है भाभी का मुंह देखना पड़ता है भाभी तितली जीजा जी तुसी गलत ना समझो मेरा ते समर दा प्यार 6 महीने पहले शुरू होया सी असी दोनों पहली बार बैंक च मिले सी ते रोज रोज मिलदे रहे वेब सीरीज ना सुना मोटा मोटा दस मैं ब्याह करवाना इहदे नाल करे भी दसना चाहुंदी सी पर इसको पहला तुहानू पता लग गया पता लग गया फिर की होया समर वर्गा मुंडा धरया पिया किते एहे जे मुंडे तां दी वाले के नहीं लभदे सोने वर्गा मुंडा समर जमा पर जे मम्मी ना मने तो फिर मैं मर जाऊंगी समर बिना फिर तो असि भी मरी जावांगे समझ की क्या नहीं नहीं मेरा मतलब असि तेरे जीजू तेरा ब्याह कराउंगे फिर गोलो बोतल जी लाइए पैक गिलास तो मंगाला तितली चाह गिलास लेके आ जल्दी मर जा नाले ओ चार अंडे की भुर्जी बना ली है अंडे तो मुक गए ने अंडे है नी पहले नहीं सी दस सकती अंडे है नी जो तो ब्यूटी पार्लर गई सी अंडे नहीं सी ला सकती अंडे मुक गए अंडे जी पहले नहीं दस दी है उधर वीरे हुनी आए बैठे ने ए पाऊ खिला रहे हां वीरे माफ करना पाजी है ता थोड़ी साड़ी पर साड़ी दा सरे पे तेनू की लगता कि अपनी बीमा कंपनी की तनखा नाल तू मेरी तितली दे शौक पूरे कर देगा चंडीगढ़ पटियाला रोड ते 22 किले जट नू आंदे ने तितली ता की सारे परिवार दे शौक पूरे कर दू फिर 22 किल्या दे जट नू व्याली मेरी धी क्यों पसंद आई क्यों नहीं की कमी है तितली च कमी तितली च नहीं तेरे च जड़ा अपने व्याह दी गल करन ली घर दे किसे सियाने बंदे नू नाल नहीं लेके आया माफ करना वैसे सियाणी गल तुसी भी कोई नहीं कीती अजे तक आकड़ तां तेरे च भी बड़ी है आकड़ ते एटीट्यूड च फर्क हुंदा है तेनू एटीट्यूड कहंदे ने ते आकड़ चलो छड्डो चल ठीक है पर मेरी एक शर्त है तेनु घर जवाई बन के रहना पाऊगा फिर मेरी भी एक शर्त है ब्याह इसे घर च होगा ते मेरे खानदान च कोई भी ब्याह ते नहीं आऊगा ये शर्त नहीं मंजूर आपा सामने गेट है जा सकदा तू मम्मा ये की कह रहे हो ठीक है फिर जिमें थोड़ी मर्जी
सॉरी तितली। वीरे तुम्हें की कर दे तेरे गोडे को टुंडे क्या मम्मी जी समर अपने मम्मी डैडी नूं तां नहीं बुलाना चाहुंदा ओदी उन्हां नाल अणबण है ओ ब्याह तों बाद दसूगा उन्हां नूं नाले मम्मी जी ऐसा फरदा भी कढ़ाई बैठे चंडीगढ़ पटियाला रोड ते सच्ची मिच्ची झोटे दे सिर वर्गी जमीन है मम्मी जी हां जी वधिया मुंडा है जी अमीर घरों है सेम कास्ट है ते ओ घर जवाई बण नूं भी तैयार है अपनी तितली नूं एदू वधिया पतंगा नहीं मिल सकदा मम्मी जी हां सोचदे की हो सानू हारे नूं हराउण दा की फायदा स्वागत है जे तुसी ओदी अकड़ भन्नो मैनूं पूरा यकीन है तुहाडे ते तुसी ओदी अकड़ भन्न भी सकदे हो भन्न सकदे हो मम्मी जी ठीक है ठीक है करो ब्याह दी तैयारी सारे जणे अबे पे 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 पा 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 वड्डियां नसीबां वाला तू हाणियां आया जो पसंद जट्टी नूं हाणियां वड्डियां नसीबां वाला तू हाणियां आया जो पसंद जट्टी नूं हाणियां सूटां वाजो पब दा ना हुस्न कुड़ी दा यो तो सुरमे बगैर का दी टौर अख दी सुरमे बगैर का दी टौर अख दी पैरां नाल झांझरां ते बाहां नाल कंगणे वी तेरे नाल जचदियां मैं नचदी वरंट कैमरे ना जट्टा वीडियो बना ला जट्टी बोझ 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 पप रख दी पैरां नाल झांझरां ते बाहां नाल कंगणे वी तेरे नाल जचदियां मैं नचदी चीर चीर चन वेखदा तेरे मेरे मेरे तेरे पेर वाल वे बदामी रंगे आवे मेरा रंग मिलकी जोड़ी भी साड़ी दी वखरी है गल वे बदामी रंगे आवे मेरा रंग मिलकी जोड़ी भी साड़ी दी वखरी है गल वे मोरनी दे वांगू फिर मेल वीर कान लोकी पुछदे ने कौन पतली जे लटदी ਕਟਪੂਤਲਿਆਂ ਦੀ ਡੋਰ ਕਿਵੇਂ ਕੱਟਣੀ
ਹੁਣ ਵੀਰ ਜੀ ਮੈਂ ਦੱਸੂਗਾ ਕੌਣ ਕਠਪੁਤਲੀਆਂ ਨੇ ਤੇ ਕਿਹਦੀ ਡੋਰ ਤੇ ਨੱਚਿਆ ਜਾ ਰਿਹਾ ਹੈ। ਜੇ ਦੋ ਦਿਨਾਂ ਦੇ ਅੰਦਰ ਅੰਦਰ ਵੀਰੇ ਦੋ ਦਿਨਾਂ ਦੇ ਅੰਦਰ ਅੰਦਰ ਇਸ ਘਰ ਦੀਆਂ ਜਨਾਨੀਆਂ ਮੂਹਰੇ ਨਾ ਲੈ ਲਈਆਂ, ਮੈਨੂੰ ਵੀ ਸਮਰਦੀਪ ਸਿੰਘ ਸਮਰਾ ਕੀ ਨੇ ਕਹਿਣਾ। ਮੈਂ ਦੱਸੂ ਤੁਹਾਨੂੰ ਹੁਣ ਮੈਂ ਛੋਟੇ ਵੀਰ ਬਹੁਤੀ ਮੈਂ ਨਾ ਕਰੀਏ ਕਹਿਣਾ ਸੱਚ ਹੀ ਕਿਹਾ ਕੁਦਰਤ ਤੇ ਘਰ ਵਾਲੀ ਤੋਂ ਡਰੀਏ। ਵੇਖ ਵੀਰ ਤੇਰਾ ਹੈਗਾ ਜੀ ਪਹਿਲਾ ਦਿਨ ਤੇ ਆਪਣੀ ਘਰ ਵਾਲੀ ਪਹਿਲੇ ਦਿਨ ਰੋਹ ਮਾਰ ਕੇ ਚੁੱਪ ਕਰ ਪ੍ਰੇਮਿਆ, ਤੂੰ ਹੁਣ ਬੁੜੀਆਂ ਨੂੰ ਕਿੱਦਾਂ ਸਿਖਾਏਗਾ? ਉਹ ਜਨਾਨੀਆਂ ਨੂੰ ਡਰਾਉਣ ਧਮਕਾਉਣ ਦੇ ਮਾਮਲੇ ਚ ਨਾ ਸਾਡਾ ਪੀਰ ਝੋਟਾ ਝੋਟਾ ਤੇਰੇ ਵਾਂਗੂ ਘਾਟੇ ਦਾ ਕੱਟੜੂ ਬੱਚੂ ਨੀ ਪ੍ਰੇਮਿਆ। ਨੌ ਚਾਲੀ ਹੋ ਗਏ, ਨੌ ਚਾਲੀ ਆਪਦੀ ਮਰਜ਼ੀ ਨਾਲ ਜਾਊ। ਆ ਬੈਠਾ ਜੱਟ, ਆ ਬੈਠਾ ਸਿੱਖ ਲਾਓ ਕੁਛ। ਚਾਲੀ ਮਿੰਟ ਚਾਲੀ ਉਹ ਚਾਲ ਵਾਲੀ ਦਾ ਅਗਲੀ ਨੇ ਸ਼ਗਨ ਵਾਲਾ ਦੁੱਧ ਵੀ ਗਰਮ ਕਰ ਲਿਆ। ਤੈਨੂੰ ਕਿਹਾ ਸੀ ਨਾ ਝੋਟਾ ਝੋਟਾ, ਹਾਂ ਮੈਂ ਪੁੱਛੇ ਗੱਲ ਦਾ ਵੀ ਦੇਖਿਆ। ਤਿਤਲੀ ਆ ਗਈ ਨਾ, ਤੈਨੂੰ ਸ਼ਰਮ ਨੀ ਆਉਂਦੀ? ਸਤਿ ਸ਼੍ਰੀ ਅਕਾਲ ਜੀ, ਮੈਂ ਅੰਦਰ ਬੈਠੀ ਤੇਰਾ ਇੰਤਜ਼ਾਰ ਕਰੀ ਜਾਂਦੀ ਆ, ਤੂੰ ਇੱਥੇ ਬਹਿ ਕੇ ਦਾਰੂ ਲੱਫੀ ਗੱਲ ਆਪਣਾ। ਅਸੀਂ ਬੈਠੇ, ਚੱਲ ਅੰਦਰ ਚੱਲ ਅੰਦਰ ਚੱਲ। ਤੁਹਾਰਾ ਨਾ ਰੋਜ਼ ਕਾ ਹੋ ਗਿਆ, ਪਹਿਲੇ ਪਹਿਲੀ ਬਿਲ ਪੇ ਮੇਰਾ ਕਾਲ ਉਠਾ ਲੇਤੇ ਥੇ, ਫਿਰ ਦੋ ਫਿਰ ਤਿੰਨ, ਆਜ ਤੋ ਹੱਦ ਹੀ ਹੋ ਗਈ ਹੈ। ਤੁਮਨੇ ਸਾਤਵੀ ਬਿਲ ਪੇ ਮੇਰਾ ਫੋਨ ਉਠਾਇਆ, ਅਬ ਧੀਰੇ ਧੀਰੇ ਫੋਨ ਉਠਾਨਾ ਹੀ ਬੰਦ ਕਰ ਦੋਗੇ। ਬੜੀ ਛੇਤੀ ਤੂੰ ਆ ਮਾਰਿਆ ਬਈ, ਵਿਆਹ ਤੋਂ ਪਹਿਲਾਂ ਤਾਂ ਬੜੀ ਲੁਤਰੋ ਚੱਲਦੀ ਸੀ, ਹੁਣ ਕੁਛ ਬੋਲਦੇ ਨੀ ਕਿ ਜਵਾਨ ਠੱਕੀ ਗਈ। ਅਖੇ ਨੌ ਚਾਲੀ ਆ ਬੈਠਾ ਹੀ ਜੱਟ, ਜੱਟ ਦੇ ਤਾਂ ਯਾਰ ਚੇਤੀ ਨੂੰ ਦੇਖ ਕੇ ਤੂੰ ਤੇ ਉੱਡ ਗਏ ਸੀ। ਤੋਤੇ ਕੀ ਇਹਦੇ ਤਾਂ ਮੂੰਹ ਤੋਂ ਮੱਖੀ ਨਹੀਂ ਉੱਡਦੀ, ਹੁਣ ਉਹ ਸਾਡੇ ਸਾਹਮਣੇ ਨਾ ਸਹੀ, ਘੱਟ ਤੋਂ ਘੱਟ ਅੰਦਰ ਤਾਂ ਉਹਦੇ ਮੂਹਰੇ ਬੋਲ ਪੈਂਦਾ। ਬੋਲਿਆ ਸੀ ਕੀ? ਬੋਲਿਆ ਸੀ ਸੌਰੀ। ਬੱਲੇ ਹੋਏ ਸ਼ੇਰਾ, ਸੌਰੀ ਬੋਲੀ ਹੈ ਕਿੰਨੇ ਮਾਣ ਨਾਲ ਦੱਸ ਰਿਹਾ। ਮੈਂ ਕੀ ਕਰਦਾ, ਤਿਤਲੀ ਦੇ ਮੂਹਰੇ ਜ਼ੁਬਾਨ ਹੀ ਨਹੀਂ ਖੁੱਲੀ ਮੇਰੀ, ਗਾਲਾਂ ਗਲ ਚ ਹੀ ਫਸ ਗਈਆਂ। ਐ ਲੱਗਦਾ ਜੇ ਮੈਂ ਮੇਰੇ ਅੰਦਰ ਵਾਲੇ ਸ਼ੇਰ ਦੇ ਕੁੱਤੇ ਫੇਲ ਹੋ ਗਏ ਯਾਰ। ਕਾਕਾ ਇਹਦੇ ਕਿਹਦਾ ਕਸੂਰ ਨੀ, ਇਹ ਵਿਆਹ ਚੀਜ਼ ਹੀ ਇਹੋ ਜਿਹੀ ਹੈ, ਜਿਹੜੇ ਆਪਣੇ ਫੇਰੇ ਹੁੰਦੇ ਨਾ ਫੇਰੇ, ਹਾਂਜੀ ਉਹ ਫੇਰਿਆਂ ਦੇ ਨਾਲ ਨਾਲ ਆਦਮੀ ਦੀ ਸਾਰੀ ਸ਼ਕਤੀਆਂ ਜਨਾਨੀ ਚ ਚਲੀ ਜਾਂਦੀ ਹੈ। ਫਿਰ ਜਿਹੜਾ ਫੇਰਿਆਂ ਤੇ ਲੜ ਫੜਾਉਂਦੇ ਹੁੰਦੇ ਆ ਉਹ ਲੜਨਾ ਹੋਇਆ ਡਾਟਾ ਕੇਬਲ ਹੀ ਹੋ ਗਈ। ਲੈ ਦੱਸ ਫਿਰ ਵਾਪਸ ਕਦੋਂ ਆਉਂਦੀਆਂ ਨੇ ਜੀ? ਨੈਵਰ, ਕਦੇ ਨੀ। ਓਏ ਗੰਗਾ ਗਏ ਪੁੱਲ ਵੀ ਕਦੇ ਮੁੜੇ ਕਾਕਾ? ਜੱਟ ਠੇਕੇ ਦੀਆਂ ਪੌੜੀਆਂ ਤੋਂ ਉਤਰ, ਆ ਸਿਰ ਚ ਸ਼ੈਂਪੂ ਲਾ ਦੇ ਵੀਰੇ। ਸਿਰ ਚ ਸ਼ੈਂਪੂ ਲਾਉਣ ਨੂੰ ਕਰ ਗਿਆ ਜੇ ਲੰਮੇ ਵਾਲਾ ਡੈਡੀ ਦੇ? ਅਸੀਂ ਵੀ ਗੂੰਗੇ, ਸਾਡਾ ਪਿਓ ਵੀ ਗੂੰਗਾ, ਅਸੀਂ ਗੂੰਗਿਆਂ ਦੇ ਨਾਲ ਲਾਈਆਂ। ਯਾਰ ਤੂੰ ਤਾਂ ਸਾਡੇ ਤੋਂ ਵੀ ਗਿਆ ਗੁਜਰਾਈ ਯਾਰ, ਹਨਾ। ਓਏ ਅਸੀਂ ਤਾਂ ਤੈਨੂੰ ਸ਼ੇਰ ਸਮਝ ਕੇ ਲਿਆਏ ਸੀ, ਸਾਨੂੰ ਕੀ ਪਤਾ ਸੀ ਵੀ ਗਿੱਦੜੀ ਸ਼ੇਰ ਦੀ ਖੱਲ ਪਾਈ ਫਿਰਦਾ। ਚੁੱਪ ਕਰ ਜਾ, ਜਾ ਭਾ ਜਾ, ਨਹੀਂ ਤਾਂ ਵਿਆਹ ਕਰ ਦੂੰ ਤੇਰਾ। ਗੋਲੀ ਮਾਰ ਦੇ ਪਰ ਆ ਗੱਲ ਨਾ ਕਰ, ਮੈਂ ਤਾਂ ਨਾ ਸੜ ਤੋਂ ਆ ਪੁੱਛਣ ਆਇਆ ਸੀ ਕਿ ਰਾਤ ਨੂੰ ਜਿਤਨੀ ਮੱਖੀ ਦੀ ਵਿੱਚ ਨਹੀਂ ਲੱਗਿਆ ਵਾ। ਜਾ ਭਾ ਜਾ, ਤੂੰ ਜਾਨਾ ਜਾਨਾ, ਤੁਸੀਂ ਤਾਂ ਜੋ ਆ ਜੰਮਦੇ ਹੀ ਤੀਆਂ ਦਾ ਗੁੱਸਾ ਕੱਢਣ ਨੂੰ ਹੋ। ਉਹ ਚੱਲ ਛੱਡ ਵੀਰੇ, ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਲਿਆ, ਹੁਣ ਆਪਾਂ ਕੰਮ ਵੰਡ ਲੈਨੇ ਆ। ਹਾਂ ਹਨਾ, ਗੱਲ ਸੁਣ ਬਈ, ਨੋਟ ਕਰ ਲੈ, ਕੱਲ ਤੋਂ ਡੈਡੀ ਦੇ ਨੌ ਕੱਟਣੇ ਆ, ਕੰਨਾਂ ਚੋਂ ਮੈਲ ਕੱਢਣੇ ਆ, ਦਾੜੀ ਚੋਂ ਖਤ ਕੱਢਣੇ ਆ ਤੇ ਢੂਹੀ ਤੇ ਖੁਰਕ ਕਰਨੀ ਹੋਵੇ ਤਿੰਨ ਟਾਈਮ, ਠੀਕ ਹੈ? ਗੱਲ ਸੁਣੋ,
रोटी पानी बना लेना है? ना भाई कट लूंगा। ले खा ला मलाई कोफ्ता इहदे वाली। चल कोई ना भांडे मांज ली ठीक है। ओ चक ला फोन का तितली दा चक्कर नु जी नहीं करता। हाँ जी डैडी। डैडी जी नहीं नहीं हंगा पै गया यार उन्होंने मेरे ब्याह का पता लग गया बेबे बापू इतने आ रहे ने यार फिर की हो गया आ लैन दे जो उन्होंने पता लगे ना कि मैं अपने सहुरे के घर सीरिया सांझियां वाला काम करदा औखा हो जाओ आहो सीरी सांझी मज्जा नवाउंदे है इतने सानू सरों नवाउणो पै रहा है वैसे तेरा प्यो शह की है जगे डाकू का ना सुने हां वो है प्यो तेरा बस ओदे वर्गा ही है चिट्टी घोड़ी काला कुर्ता पजामा ते काली शाह ऐनक जिधरों भी लंघदा लोकी चुक चुक सलामा कर शिकार दा शौंकी ते घरवालियां तो दुखी मर्दां दा रखवाला बार ता बार घरे भी डैडी तरसली मचाई रखदा ओया की बनाया दाओ तेना नूं ना दाल बनाई है और नूर तो है ही नहीं चके नू तेरा डैडी सच्ची है ना खतरनाक बंदा खतरनाक वर्गा खतरनाक की बनो पर मैं चाहना भी इतने ना ही आवे जुलूस निकल जू लो ना कोई बहाना यार मैं कुछ को होर सोचना और तू अपने बापू नू तो साथ होए उदे नाल की हो जू और होना की है तू तो निकलिया खोखली बैगट ओ तेरा बापू कुछ दिन इथे रह के घटो घट तुहाडी सरकार तां बना सकदा और समझिया कि नहीं समझिया ये चाहे समझिया चाहे ना समझिया पर मैं जरूर समझ गया समर बुला तू अपने डैडी आर यू श्योर वे प्यो ही आ ज्योत नहीं है जेड़ा उस तो डर जगे ताडे वाला प्यो भी ना पहले हर एक गल दा गाला कढ़दा हुंदा सी हुण गाला खा के भी नहीं बोलदा मम्मी जी तुसी समझ नहीं जी ओ साडे वाले डैडी वर्गे थोड़ा ने जी दुन बट्टे ओ तो बाले अड़ब सुभा है जी शमशेर वीर जी बिल्कुल सही कह रहे नहीं हां जी सच बोलदा जी बखतावर सिंह मम्मी जी तुसी सोच के देखो जी जिन्ना दा नौ है डाकुआ वर्गा जी ओ बंदा कहे जा होऊगा हां जिन्ने के शिकार शमशेर सिंह ने खेड़ते जिन्नियां के दलेरियां हा दलेर सिंह ने वखातियां ओने के तोरना में तोड़ा हा बखतावर सिंह कर दूंगा टै टै फिर ओ मेरे बाल में सुटो मुंह देख मम्मी तू भी जाया नहीं पक्का हाँ तेरा कैंट आवर मुंदर जाए नहीं भाई पर कान नंगा रख दे चलो तो थले जी डैडी मम्मी चल परे साडे कनेड़िया ते खेड के जवान होण वाले आ सातों बिना घोड़ी चढ़ दें तन शर्म आई चल ले मुड़ा मम्मी मैं की कह सकती हां पुत्र जिवें तेरे डैडी कहणगे मैं तो ओवें ही करना है ना ओए बस इन्हां दी गल्लां सुणन दी लोड़ नहीं चल वापस चलिए मासी जी मसाता सानू आज जी हां जी दोनों परिवार दे इकट्ठे होण दी जी बच्चों तो गलतियां हो ही जांदियां ने जी तुसी ने जाओ जी प्लीज ओए जिन्हें रोकना है चुप करा खड़ा ते तुसी तो एवें ही आ मैं थोड़े सामने हाथ जोड़दा जी असी तां नहीं थोनू जान दंदे तितली तू भी कह कुछ डैडी जी मम्मी जी तुसी ना जाओ ना हां जी उन्हें भी कहता हां जी हां सरजीत कुरे किवें करना है जिवें तुसी ठीक समझो सरपंच साहब तुहाडे हुंदिआं मैं फैसला किवें लै सकदी हां चल जे नूर आणी हुण बाले तरले करदी आ फिर रह जांदे आ सत श्री अकाल पाजी बोलियो तुहानू सत श्री अकाल नहीं सिखाई किसने सत श्री अकाल जी सत श्री अकाल जी जे मिलनी होगी तो अंदर चलिए जी बस समान थोड़ा प्यो चकूगा असी चकांगे जी तुसी घर दे नौकर हो नौकर काम जमाई
अच्छा थोड़े घर वाली कड़ी है आओ मेरे वाली है जी आए दिहाड़ी है जी कुड़ियो थोड़े पति परमेश्वर थोड़े होंगे समान चक्कर गए तू डर मैं खड़ी देख रही हूँ चको समान धर्म है नहीं पूरा इन्हों आज कोई दो गड़े ला लो आज मासड़ा तू तो लेते जो मोती निकला है और आज तू देखेगी है हम मुर्गा तैयार कर रहे इना टाइम हटा फायर ओ मासड़ा देसी मुर्गा ते शहरी जनानी नु तैयार होने च टाइम लगता है बस समझ देखनी है चाचा हाँ करना करना हाँ जी इतना आप देखो भी यार नंगे पैर पची हाँ जी इतना घर सच्चे हिस्से हाँ किमे जी मैं जावा तितली हां जी तू उड़ के देखा मैं किमें उड़ा क्यों तेरे खंभ किले हो गए तेरे क्या ना उड़ के देखा मैं किमें उड़ा जड़ी उड़िए उन्होंने क्या उड़ के देखा उड़ कर ना फिर चल उड़ जा उठी उठ और उठी उठ उठना उठी तेरा किना तेल खत्म होगा वो देखी किसने तारा चला पहुंची मादर जी चलो चलो ना बिड़ाओ ना 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 पुत सारिया उठन गया देखो क्या बोल रही है कुंजा मंगू चलो माफ करो हूं माफी मंगो माफी माफी मसला कादी माफी मंगण हां अमर जी दे तीर तोड़न दी माफी हैं मिर्जे दे माफ कर दियो रायो रांझे तो 12 साल तुसी मजिया च होए सी 12 12 माफियां मंगो सारी मंगो सारी ते फिल्ला दे 3.5 दिन नहीं आईयां नाले कोरोना दी माफी मंगो कोरोना कोरोना दस ओदे पिछे भी किसी जनानी दा ही हाथ हो पत्थर युग तो लैके हुण तक जनानियां कोलो जिन्नियां भी गलतियां होईयां जां नहीं होईयां अहीं सारे जाणे ओदी माफी मांगदे हां हां जी माफ कर दियो माफी दे दो जाओ तुसीं भी की याद करोगे माफ कीता तुहानू मेरा पैर मसड़ा इंगण मिंगण तली तलिंगण तारा मीरा डकरा कुड़ी आड़े बोतल कढ ले नाले बटला बकरा कड़ ले नाले बदला बकरा शेर ना
ਆਪਾਂ ਹੁਣ ਬਣਨਾ ਸਿੱਖ ਗਏ ਹੁਣ ਨੀ ਦੱਬਦੇ ਲੈ ਲੈ ਲਿਖ ਕੇ ਭਿੱਜੀ ਬਿੱਲੀ ਹੁਣ ਬਣਨਾ ਛੱਡਦੇ ਘਰ ਵਾਲੀ ਤੋਂ ਡਰਨਾ ਛੱਡਦੇ ਡਰ ਡਰ ਕੇ ਹੁਣ ਮਰਨਾ ਛੱਡਦੇ ਨੇਚਰ ਕਰ ਲੈ ਅਥਰਾ रखनी रोटी तत्ती करा के छकनी रोटी तत्ती करा के छकनी घरे मार ललकारे बढ़ना रो पौना बिना गलों लड़ना रो पौना बिना गलों लड़ना हुण तीवियां थले लगनी सरना राहों देना जुग पखड़ा मैं तेरी जान लोग दिखावे नु करदा फिर लोग कहना कहन भी जनानी दे थले लग्या होया दिलो तो मैं तेरी बहुत रिस्पेक्ट करदा बहुत प्यार करदा है ना ओदे तेन पता लग ही गया होना हाय देख इन्नी लत्ता तू खराब कर रखी किवें खलियां पईयां पईयां मैनू तां ना सौं लगे महाराज दी जिन्ना चिर तेरियां दोवें लत्तां ना कुट्टां मैनू नींद नहीं आउंदी नाले तुसीं आप तां कहने हुंदे हो वी बंदा रोबोती मार सकदा जिहनूं प्यार करदा हुंदा अच्छा सॉरी मैं ना नाल दिन दी गल्लां च आ गया सी एड भी की नाराजगी है सॉरी कहता दिता प्रॉमिस अगे तो नहीं होंदा हुण तू जान दी जान लैनी है जानू बेबी मन जो ना प्लीज ऐ क्यों कर दी हूं तो माफ कर दे सरपंच ने हाय रब्बा हाय खाधी पीती च बंदे तो बोलिया गया गल गल ते कड्डा फैर तू कर चल तेरिया लड़का ता मैं कड्डू हौली बोल हौली रब दे वास्ते जे किसी ने सुन लिया अपनी सारी स्कीम फेल हो जूगी लोकां नूं पता लग जूगा कि जेड़ा हाल इस घर दे मर्दां दा ओही हाल मेरा है पता लगदा तां लगी जाए मैं इह ड्रामा तेरे करके नहीं आपदे पुत करके कर रही हां जी कल नूं जे ओहदी घर वाली नूं पता लग गया भई ओहदा सौहरा ओहदी सस तों डरदा है तां तां मेरे मुंडे नूं सारी उम्र डरा के रखूगी ओ इसे लई तां मैं मिन्नतां करदा हां भई जे मेरे करके नहीं अपने पुत समर करके चुप कर जा चल चल लत्तां कुट हां जी सारा दिन व्हील चेयर से फेंके पट पट दिखा रुक जा यार की करता तू देख डैडी डैडी ने लत्त पवा लिया कुछ बोलोगे भी कि सारी रात आई नीवी पाके कटनी है ऐह जे काम करदे क्यों जो नीवी पानी पवे
डैडी जी थोनू असि बच्चा वांगू पालिया सी पर तुसी बच्चा ने तो फिर भी डायपर लग जांदा है। हां इन्ना दा ता अपने हत्थी गोहा कूड़ा चक्या अही जी गल नहीं पुत सरदार साहब मेरी मालिश करते सी बस मालिश ऐसे देखो तुसी एकदम ठीक हो गया मैं शाबाश चार साल पहला सरदार साहब घोड़ी तो डिगे सी अजे तक गोडे दुखदे ने ते तोडे एक हाथ लाया एम आर आई हो गया सरदार साहब तुसी घोड़े तो डिगे सी कबड्डी मैच चल रहा कले नू कले आला दसो पहला कौन दसू बड़ा चाव सी मैं ब्याह कराने का मैं सोचता सी मैं ब्याह कराऊं करे सोहनी जी जनानी ले आऊं वो करदा सारा काम काज करू मेरी मोहल्ले चाले चाले पूरी बल्ले बल्ले हो पर मैनू लगता मैं नहीं इनू ब्याह के लाया ये मैनू ब्याह के लाई सी मैनू दफ्तरों थके टुटे नू आउंदे सारे बेबी बेबी कह के किचन च वाड़ लैंदी इन्ने जूठे भांडे किसे ढाबे ते बची ने नहीं मांजे होने जिन्ने मैं मांजे ने मथे दियां लकीरां तां पहले ही मिटियां पईयां सी कपड़े धो के हत्थां दियां लकीरां भी मिट चलियां भांडे धो के हटदा फिर कपड़े धोण लग जांदा कपड़ियां तो वेला हुंदा तां झाड़ू पोचा करना पैंदा गिले फर्श ते जान बुझ के गंदियां छपरां नाल पैड़ां करदी ये पैड़ा मैनू ऐ लगता कि गिले फर्श ते नहीं मेरी छाती ते कीतियां जा रही ने बस होर की दसा पुत्रो इन्ने जुल्म तां अंग्रेजा ने गुलामां ते नहीं कीते होने जिन्ने जनानी ने मेरे ते कीते ने फिर जनानी तो क्या होया बंदा की करता है खूह छाल मारदा खूह तां मैनू मिलिया नहीं मैं पौड़ियां तो मारती ओ दिन ते अज दा दिन आपां तां व्हील चेयर ते रहे आए ना देखो मेरे कन्ने यार यार मेरा बहुता कसूर नहीं है मैनू तां सौरा अज नानियां दा आखमा कोटा मार गया मैं सोचिया कानू सरपंची घरों बाहर जान देनी है तेरी मां नूं वोटां जिता के सरपंच नहीं बनाता सरपंच नहीं बनती सब दे खंभ निकल आए जिवें जिवें मैं इहदे नाल करदा सी सारियां गल्लां दिल च नोट करी फिरदी सी बस फिर गिण गिण बदले लए जिहड़ा रोह मैं उहदे ते मारदा सी उही यू टर्न मार के मेरे ते बजन लग गया आ ताल बड़ाई है इन्ना लूण की बनाया हुण लूण है ही नहीं गा मैनूं अपने आप ते तरस आउण लग गया इथे आने तो पहला कई दिन लुत्तां कुटियां दिन रात मिन्नतां कीतियां तां जाके किते वा ड्रामा करन नूं मन्नी सी बस इहदा मतलब साडे बखतावर भी वक्त दे मारी निकले हैं वीरे आपां सारे इक्को किश्ती दी सवार हां डैडी वैसे थोड़े तो उम्मीद नहीं सी है। ले उम्मीद तां तेरे तो भी नहीं सी आफ्टर ऑल खून तो एक ही है ना बाकी मुकदी गल ए है भी आप आपस विच नौड़ जाइए रल के इस मसले का हल कढ़िए आप इस घर चो जनानी राज खत्म करके मर्द राज ले आना हौली हौली जिंदाबाद 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 बस करो डैडी जे मम्मी ने देख लिया ना धर्मराज को भी व्हील चेयर से जाओगे नाले जे दी चार्जिंग मुक गई ना अद बचाओ डिग के मरे हुए भी लत बांह तड़ा लोगे ओ कोई गल नहीं छप्पड़ च बड़ी मज ते माल च बड़ी जनानी छेती नहीं मुड़दियां होंदियां सच्ची मम्मी जी मैनू ना बहुत तरस आउंदा है तुहाडे ते जिंदगी थोड़ा कोई भैन जी तुहाडी इहदे नालों ते जेल चंगी बस गुस्सा ना करियो बंदे नूं इन्ना सिर ते नहीं चढ़ाईदा जिन्ना तुसी चढ़ा के रखिया होया डैडी एदे च गोलियां तो है नहीं ओ पुत जी
ਇਹਦੀਆਂ ਗੋਲੀਆਂ ਤੇਰੀ ਮਾਂ ਦੇ ਪਰਸ ਨੇ। ਰੱਬ ਨਾ ਕਰੇ ਜੇ ਕੋਈ ਮਾੜਾ ਟਾਈਮ ਆ ਗਿਆ ਫੇਰ। ਉਹ ਪੁੱਤ ਤੇਰੀ ਮਾਂ ਦਾ ਮੇਰੇ ਨਾਲ ਵਿਆਹ ਹੋ ਗਿਆ, ਇਹ ਤੋਂ ਮਾੜਾ ਟਾਈਮ ਹੋਰ ਕੀ ਹੋ ਸਕਦਾ ਭਲਾ। ਹੁਣ ਮਸਾਬ ਆ ਜਿੰਨਾ ਜ਼ੋਰ ਚਿੜੀ ਛਿੱਕੇ ਤੇ ਲਾਈ ਜਾਂਦੇ ਹੋ ਨਾ, ਜੇ ਇੰਨਾ ਜ਼ੋਰ ਆਪਣੀ ਚਿੜੀ ਤੇ ਲਾਇਆ ਹੁੰਦਾ ਆਦ ਨਾ ਦੇਖਣੇ ਪੈਂਦੇ ਸਭ ਨੂੰ। ਓਏ ਉਹ ਚਿੜੀ ਨੀ ਚਮਗਿੱਦੜੀ ਆ, ਚਮਗਿੱਦੜੀ। ਉਹ ਚਮਗਿੱਦੜ ਤਾਂ ਆਪਾਂ ਜਿਹੜੇ ਪੁੱਠੇ ਟੰਗ ਰੱਖਿਆ ਸਾਰੇ ਉਹਨੇ। ਅੱਛਾ ਅੱਛਾ ਹੁਣ ਗੱਲਾਂ ਦਾ ਕੜਾਹ ਬਣਾਉਣਾ ਬੰਦ ਕਰੋ। ਮੈਂ ਤਾਂ ਇਹ ਕਹਿੰਦਾ ਕਿ ਉਹ ਡੈਡੀ ਦੇ ਗਿੱਦੜ ਹੋਣ ਵਾਲੀ ਗੱਲ ਜੇ ਆਪਣੀ ਵਾਲੀ ਜਨਾਨੀਆਂ ਤੱਕ ਨਾ ਹੀ ਪਹੁੰਚੇ ਤਾਂ ਵਧੀਆ। ਵੀਰੇ ਜੇ ਪਹੁੰਚ ਗਈ ਫਿਰ? ਜੇ ਪਹੁੰਚ ਗਈ ਤਾਂ ਚਿੜੀਆਂ ਆਪਾਂ ਹੋਵਾਂਗੇ, ਬੱਲੇ ਹੋਣਗੇ। ਮਾਸਟਰ ਜੀ ਦੇ ਡਰ ਕਰਕੇ ਆਪਣੀ ਅੱਖਾਂ ਨੀਚੇ ਦੇਖੋ ਕਿੰਨੇ ਡਾਰਕ ਸਰਕਲ ਹੋਏ ਪਏ ਆ। ਆਪਣੀ ਏਜ ਤੋਂ 10 ਸਾਲ ਵੱਡੇ ਲੱਗਦੇ ਹੋ। ਮੈਨੂੰ ਤਾਂ ਲੱਗਦਾ ਮਾਸਟਰ ਜੀ ਕੁੱਟਮਾਰ ਵੀ ਕਰ ਲੈਂਦੇ ਹੋਣੇ ਤੁਹਾਡੇ ਨਾਲ, ਹਨਾ? ਮੈਨੂੰ ਤਾਂ ਤੁਹਾਡੇ ਮੂੰਹ ਵੱਲ ਵੇਖ ਕੇ ਤਰਸ ਆਉਂਦਾ। ਗੋਲਗੱਪਾ ਵੀ ਨਹੀਂ ਸੰਕ ਚ ਲੱਥਣ ਡਿਆ ਥੱਲੇ। ਜੇ ਤੁਹਾਡੀ ਜਗ੍ਹਾ ਮੈਂ ਹੁੰਦੀ ਨਾ, ਹੁਣ ਨੂੰ ਇੱਕ ਪਾਸਾ ਕਰ ਦਿੰਦੀ। ਦਾਦੀ ਦਾ ਤਾਂ ਕੋਈ ਕਸੂਰ ਹੀ ਨੀ, ਦਾਦੇ ਦਾ ਰੋਪ ਦਾ ਦੇਖੋ। ਦਾਦੀ ਤੁਸੀਂ ਇਹਨਾਂ ਪਿੱਛੇ ਲੱਗ ਕੇ ਆਪਣੇ ਮਾਰ ਨਾ ਕਟਾ ਲਿਓ। ਵੇਖਾ ਤੈਨੂੰ ਵੱਡੇ ਵੈਲੀ ਨੂੰ। ਮਾਸੀ ਜੀ, ਮਾਸਰ ਜੀ ਦੇ ਹੱਥ ਕੰਬ ਰਹੇ ਹੈ, ਤੁਸੀਂ ਪਰੇ ਹੋ ਜਾਓ। ਕੱਢਣ ਕੇ ਫੈਰ ਰਹੇ ਇਹਦੇ ਫੈਰ ਕੱਢਣ ਤੋਂ ਪਹਿਲਾਂ ਇਹਦੇ ਦੰਦ ਨਾ ਕੱਢ ਦੂ। ਤੁਸੀਂ ਮਰਦ ਹੁੰਦੇ ਹੀ ਡੰਡੇ ਦੇ ਪੀਰ ਹੋ। ਸਾਡੇ ਅਰਗੇ ਮਰਦ ਰੋਟੀ ਖਾਦੇ ਬਗੈਰ ਭਾਵੇਂ ਰਹਿ ਜਾਣ, ਪਰ ਵੇਲਣਾ ਖਾਦੇ ਬਗੈਰ ਨੀ ਰਹਿੰਦੇ। ਹੈ ਭਾਈ ਸਾਹਿਬ, ਤੁਸੀਂ ਵੀ ਕੁਝ ਬੋਲੋ। ਲੈ ਇਹਨਾਂ ਨੇ ਕੀ ਬੋਲਣਾ? ਮੈਂ ਤੁਹਾਨੂੰ ਕਿਹਾ ਸੀ ਨਾ ਡੈਡੀ, ਕਿ ਤੁਹਾਨੂੰ ਮੰਮੀ ਦੇ ਸਾਹਮਣੇ ਝੂਠੇ ਰੋਪ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ। ਨਾਲੇ ਮਾਸੜ ਜੀ, ਆਪਣੀਆਂ ਇੰਨੀਆਂ ਮਾਸੂਮ ਸੋਹਣੀਆਂ ਸੋਹਣੀਆਂ ਜਨਾਨੀਆਂ, ਖਾਸ ਕਰਕੇ ਜਿਹਦੀਆਂ ਅੱਖਾਂ ਬਿੱਲੀਆਂ ਹੋਣ, ਉਹਨਾਂ ਤੇ ਕੋਈ ਐ ਬੰਦੂਕ ਤਾਣਦਾ ਭਲਾ? ਕੌਣ ਤਾਣਦਾ ਜੀ? ਮੈਂ ਤਾਂ ਕਦੇ ਨਾ ਤਾਣਾ। ਤੂੰ ਟਕਿਆ ਰਹਿ, ਟਕਿਆ ਰਹਿ। ਤਿਤਲੀਆਂ ਬਣਾਇਆ ਸੀ ਨਾ ਸਾਨੂੰ, ਹੁਣ ਮੋਰ ਬਣਨ ਲਈ ਤਿਆਰ ਰਹਿ। ਮੋਰ ਨੀ ਮੁਰਗੇ। ਹਾਂ ਪੁੱਤ, ਮੁਰਗੇ ਬਣਨ ਲਈ। ਤੇ ਤੂੰ ਵੀ ਅੱਜ ਰਾਤੀ ਤਿਆਰ ਰਹੀ 3 ਘੰਟੇ ਝੂਮਰ ਪਾਉਣ ਨੂੰ। ਤੁਰ ਤੁਰ ਕੇ ਨਾ ਮੇਰੀ ਬੱਸ ਹੋ ਗਈ ਆ, ਲੱਤਾਂ ਦਬਾਉਣ ਲਈ ਤਿਆਰ ਰਹੀ। ਓਕੇ ਜਾਨੂ, ਓਕੇ। ਜੇ ਕਿਸੇ ਨੇ ਤੜਫੜ ਕੀਤੀ ਨਾ ਤਾਂ ਆਪਦੇ ਚਿੱਤ ਨੂੰ ਪੁੱਛ ਲਿਓ। ਸ਼ਗਨ ਦੇਣ ਲੱਗੇ? ਤੈਨੂੰ ਸ਼ਗਨ ਆ? ਬਹੁਤ ਐਸ਼ ਕਰ ਲਈ ਤੁਸੀਂ ਵੀ ਸਾਰਿਆਂ ਨੇ। ਹੈ ਆ ਜਾਓ ਫਿਰ ਤੁਸੀਂ ਵੀ ਸਾਰੇ ਜਾਣੇ। ਚਲੋ ਸ਼ਾਬਾਸ਼। ਮੈਂ ਤਾਂ ਕੱਲੇ ਭਾਂਡੇ ਮਾਂਜੂ ਮੰਮੀ ਜੀ। ਤੂੰ ਵੀ ਆ ਜਾ ਫਿਰ। ਹੈ ਬੜਾ ਭੰਗੜਾ ਪਾਉਂਦਾ ਸੀ ਨਾ ਤੇਰਾ, ਪਾਉਣ ਹੀ ਭੰਗੜਾ ਰਸੋਈ ਚ ਮੈਂ ਸ਼ੀਸ਼ੀ ਵਾਲਾ। ਸਤਿ ਸ੍ਰੀ ਅਕਾਲ ਜੀ। ਉਹ ਮਾਸੜਾ ਸਮਰ, ਸਾਨੂੰ ਤੇਰੇ ਝੂਠੇ ਕਿੱਸੇ ਜਣਾਈ ਗਿਆ, ਤੇਰੀ ਤੱਕ ਨਾਣੇ ਨੀ ਪੱਟੀ ਮੇਸ ਕਰਤੀ। ਉਹ ਘੱਟੋ ਘੱਟ ਆਪਣੀਆਂ ਕੁੰਡੀਆਂ ਮੁੱਛਾਂ ਦਾ ਤਾਂ ਮੁੱਲ ਮੋੜ ਦਿੰਦਾ, ਤੂੰ ਤਾਂ ਧੇਲੇ ਦਾ ਬੰਦਾ ਨੀ ਯਾਰਾ। ਉਹ ਮੈਥੋਂ ਪਹਿਲਾਂ ਤੁਸੀਂ ਤੋਲਾ ਮਾਸਾ ਵੀ ਨਹੀਂ ਸੀ, ਮੇਰੇ ਆਉਣ ਤੇ ਹੀ ਸ਼ੇਰ ਬਣ ਗਏ ਸੀ। ਤੁਸੀਂ ਵੀ ਬੋਲ ਪੋ ਮਹਾਰਾਜ ਕੁਛ। ਤੁਹਾਡੇ ਚ ਇੱਕ ਬੰਦਾ ਨੀ ਪਾਸ ਹੋਇਆ, ਸਾਰੀ ਕਲਾਸ ਹੀ ਫੇਲ ਹੋ ਗਈ। ਯਾਰ ਤੂੰ ਸਾਡੀ ਬੇਇੱਜ਼ਤੀ ਕਰਨੀ ਛੱਡ, ਤੂੰ ਐਂ ਦੱਸ ਹੁਣ ਕਰੀਏ ਕੀ? ਉਹ ਕਰਨਾ ਕਰਾਉਣਾ ਕੀ ਆ? ਉਹ ਪਹਿਲਾਂ ਤੂੰ ਆਪਣੇ ਬਾਪੂ ਨੂੰ ਖੋਦਲਾ ਦੇ। ਜਿਹੜਾ ਸਿਆਪਾ ਛੇੜਨਾ ਸੀ ਉਹ ਤਾਂ ਛਿੜ ਗਿਆ, ਪਰ ਇਹਦਾ ਕੋਈ ਤਾਂ ਹੱਲ ਹੋਊਗਾ। ਇੱਕ ਹੀਲਾ ਹੈ ਮੇਰੇ ਕੋਲ, ਤੁਸੀਂ ਇਹ ਦੇਖੋ ਭਾਈ, ਜਦੋਂ ਬੰਦਾ ਮਰ ਜਾਂਦਾ ਉਦੋਂ ਜਨਾਨੀਆਂ ਕੀਰਨੇ ਪਾਉਂਦੀਆਂ। ਤੇ ਤੂੰ ਉੱਥੇ ਤੁਰ ਗਿਆ ਜਿੱਥੇ ਪਾਣੀ ਨਾ ਪਾਣੀ, ਤੇ ਤੁਹਾਡੀਆਂ ਜਨਾਨੀਆਂ ਤੈਨੂੰ ਪਾਣੀ ਨੂੰ ਪੁੱਛਿਆ। ਹੁਣ ਤੇਰਾ ਮਤਲਬ ਅਸੀਂ ਆਪਣੀਆਂ ਜਨਾਨੀਆਂ ਨੂੰ ਆਪਣੀ ਵੈਲਿਊ ਦਿਖਾਉਣ ਵਾਸਤੇ ਮਰ ਜਾਈਏ? ਮੇਰਾ ਮਤਲਬ ਇਹ ਆ ਕਿ ਆਉਣ ਵਾਲੇ ਕੁਝ ਦਿਨਾਂ ਲਈ ਆਪਣੀਆਂ ਘਰ ਵਾਲੀਆਂ ਨੂੰ ਦੱਸੇ ਪੁੱਛੇ ਬਿਨਾ ਉਰੇ ਪਰੇ ਹੋ ਜਾਓ ਤੇ ਮੈਨੂੰ ਨਾਲ ਲੈ ਲਿਓ, ਤਾਂ ਫੇਰ ਤੁਹਾਡੀਆਂ ਘਰ ਵਾਲੀਆਂ ਨੂੰ ਪਤਾ ਲੱਗੂ ਬੰਦੇ ਦੀ ਵੈਲਿਊ ਕੀ ਆ, ਇੰਪੋਰਟੈਂਟ। ਹਾਂ
प्लानिंग थी तुम्हारी और डेढ़ घंटा हो गया सड़कें धक्के खाई जाने इस हिसाब से टूर तक ही मतलब तो सारी उम्र ही सड़कें रुलू अपनी जी घट्टो घट जीप की चाबी चक लेंदे नाल पुत मेरे को जीप कित्थे है मैं तो ऐ समझ लिया जीप का ड्राइवर हाँ वीरे ट्रक आ गया वीरे और ट्रक दे थल्ले आ गए जे रुकूगा तां ही है रोक जा वीरे रोक जा जितने मर्जी जाना जलानी तो दूर ही लेके जाऊ चल के चल दे फिर कोई आ जाओ फिर भी अपने वर्ग के बुलाती है खोजा हुई बहुत खोज होई तो कम दी कुछ खोज की खोजा हुई बहुत खोज होई तो कम दी कुछ खोज की के आज वे नजारा टुटे दिना का सहारा साइड सौगा उत्ते भंगड़े पवाण वाले छो यार वेली नहीं तो मैनू दिलों कड दो हूं कर दिया फोन कहती फीलिंग लोन नारा झूठिया करे जे कानून वाले बंद करो ये कुत्तखाना ओ बस कर रहन दे बहुते ड्रामे जे नहीं करके विखाउण दी लोड़ सारा कुछ पता लग गया मेनू तीन दिनां दीआं तुहानू लभ लभ के असीं कमलियां हो गईआं तुहानू पता भी है उस च भी रिपोर्ट कराई असीं तुहाडी ਇਹ ਤਾਂ ਚੱਲ ਨਿਆਣੇ ਸੀ ਤੂੰ ਤਾਂ ਮਾੜੀ ਮੋਟੀ ਸ਼ਰਮ ਕਰ ਲੈਂਦਾ ਪਤਾ ਨੀ ਕੀ ਸਾਡੇ ਦਿਮਾਗ ਚ ਚੱਲ ਰਿਹਾ ਸੀ ਤੇ ਤੁਸੀਂ ਇੱਥੇ ਘਰ ਦੀ ਫਿਕਰ ਹੈ ਕਿ ਨਹੀਂ ਘਰ ਦੀ ਫਿਕਰ ਕਿਹੜੇ ਘਰ ਦੀ ਫਿਕਰ ਤੁਹਾਨੂੰ ਤੁਹਾਡੇ ਹਸਬੈਂਡਾਂ ਦੀ ਫਿਕਰ ਹੈ ਕਿ ਨਹੀਂ ਹੈ ਤੁਸੀਂ ਇਸ ਕਰਕੇ ਨੀ ਆਏ ਕਿ ਦੇਖਣ ਇਹ ਸਾਰੇ ਠੀਕ ਨੇ ਕਿ ਨਹੀਂ ਠੀਕ ਹੈ ਕਿ ਫਿਕਰ ਹੈ ਕਿ ਤੁਹਾਨੂੰ ਨਹੀਂ ਹੈ ਤੁਸੀਂ ਇਸ ਕਰਕੇ ਆਏ ਹੋ ਕਿਉਂਕਿ ਤੁਹਾਡੇ ਘਰ ਦਾ ਕੰਮ ਰੁਕ ਗਿਆ ਝਾੜੂ ਪੋਚਾ ਸਫਾਈਆਂ ਰੁਕ ਗਿਆ ਘਰ ਵਾਲੇ ਤੇ ਨੌਕਰ ਚ ਫਰਕ ਪਤਾ ਤੁਹਾਨੂੰ ਉਹ ਨੌਕਰ ਦਾ ਫੇਰ ਵੀ ਵਧੀਆ ਹੁੰਦੇ ਨੇ ਉਹਨਾਂ ਦੇ ਤਾਂ ਮਗਰ ਮਗਰ ਫਿਰਦੀਆਂ ਨੇ ਵੀ ਕਿਤੇ ਕੱਲ ਨੂੰ ਛੁੱਟੀ ਨਾ ਹੁਣ ਨਾਲੇ ਅਸੀਂ ਤੁਹਾਨੂੰ ਪੈਸੇ ਕਮਾ ਕੇ ਦਈਏ ਨਾਲੇ ਤੁਹਾਨੂੰ ਪੇਟੀ ਕਰਾਈਏ ਛੁੱਟੀ ਸ਼ਾਬਾਸ਼ ਵੀਰੇ ਬਿਨਾ ਟੋਲ ਤੋਂ ਭੰਗੜੇ ਵੀ ਪਾਈਏ ਮੈਂ ਅੱਧੋਂ ਵੱਧ ਜ਼ਿੰਦਗੀ ਵੀਲ ਚੇਅਰ ਤੇ ਬਹਿ ਕੇ ਕੱਢਤੀ ਫਿਰ ਤੇਰੇ ਕਰਕੇ ਮੈਂ ਤੋਂ ਸਭ ਤੋਂ ਬੜੀ ਗਲਤੀ ਇਹ ਹੋਈ ਹੈ ਬਈ ਤੈਨੂੰ ਸਰਪੰਚ ਨਹੀਂ ਬਣਾ ਬੈਠਾ ਉਹ ਤੂੰ ਚੁੱਲ੍ਹੇ ਚੌਂਕੇ ਤੇ ਚੰਗੀ ਸੀ ਯੂ نو ਵਟ ਸਭ ਤੋਂ ਜ਼ਿਆਦਾ ਹਾਰਟ ਅਟੈਕ ਬੰਦੇ ਨੂੰ ਕਿਉਂ ਆਉਂਦੇ ਨੇ ਕਿਉਂਕਿ ਜਨਾਨੀਆਂ ਦੇ ਦਿਲ ਹੀ ਨਹੀਂ ਹੁੰਦੇ ਹਾਂ ਉਹ ਸਿਆਣੇ ਕਹਿੰਦੇ ਆ ਜਨਾਨੀਆਂ ਦੀ ਗੁੱਤ ਪਿੱਛੇ ਮਸਤ ਹੁੰਦੀ ਹੈ चलो चलो दिमाग खराब हो इना दे आ जाओ तुम बल्ले ओ शेरो किसी मर्द वाली गल रहे म्यूजिक ਹੋ ਗਿਆ
गेट लॉस्ट, निकलो यहाँ से। जेब में पैसे नहीं और होटल में रहने आ जाते हैं। मगर हमने तो कार्ड दिए हुए थे। कार्ड तुम्हारे ब्लॉक हो गए हैं। बंद हो गए कराते होने का रलिया ने। और यार कैसे बंदे हो तुसी? कार्ड भी करा लेना कराया। असि कड़ा आप कराया धक्के नाल कराया उन्होंने। दोबारा क्रेडिट कार्ड दे। यार मेरे को तो विजिटिंग कार्ड है, ये नहीं चलता। हुण की करिए वीरे, आपा झाड़ू पोछा ही करना पैना वीरे। ठीक है भाई जी, निकाल दिया उनको। खुश हो ना? जिन्नी पैरी आए हो ना उन्नी पैरी वापस मुड़ जाओ। ऐ मुड़ जाइए, असि भी इस घर च लूण खवाया है। साडे हथां दा खाना खा खा के ऐ भूख मंगू फुल्लियो, साडा भी उन्नी हक बनदा इस घर ते जी। नाले मम्मी जी, मैं तो मनोरंजन का साधन भी बनता रहा जी। पूछ लो जी जालू नू, मैं तो कदे केबल टेलीविजन की भी घाट नहीं हुण दित्ती जी। जिते टीवी चलता नहीं सी ना, ए बेचारा घगरी पा के ते मूहरे नचदा सी। दस किवें नासा फलाई जांदी खड़ी। नाले वैसे भी जिहड़े घर जवाई हुंदे ने ना, लाटरियां वर्गे हुंदे ने, तां तिन तिन निकलियां होईयां ने। वड्डा लाटर देख लो कदों दा निकला, इहनू हुण तक खाई जांदे हो तुसीं। दसो चल बस कर प्रताप गुरे, हुण ले दस मुंडे ने अपनी गलती मान ली। खबरदार जे गेट तो अंदर एक पैर भी धरिया ते कंध तुलता जी। मम्मी जी तेरी कंध वाले ऑप्शन भी गई अपनी। मैं जो अद्धी रात नू गलियां छड़ के गए सी उदो तुहानू घर नहीं सी दीना। नाले घरे नचदे तेनू मौत पैंदी सी, उत्थे तां रुकिया नहीं सी रुकदा। बैचलर लाइफ एंजॉय कर रहे थे ना तुसी लोग शिमले, आज तो तुसी भी बैचलर ते असी भी बैचलर। हाँ। सरजीत कौर जी, इन्हां दे घर दा रौला तां बाल ही बढ़ गया, इन्हां दे घर दा मामला आपे निवेल लेणगे। मेरा ख्याल है आपां पिंड ना चलिए मुड़ के। तू चुप कर जा, हुण तेरे लई इस घर दे पिंड वाले घर दे तूड़ी वाले कोठे दे मोटर वाले कोठे दे सारे दरवाजे बंद। होर तां होर पिंड दी शाम लाट च इक झुग्गी भी पौण देती ना तां मैनूं वी सरपंच नी आखियां। चलो बाहर, चलो बाहर, चलो कुड़ियों करो गेट बंद। चलो 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 बंद कुड़ियों। देख के जाओ तैनू पाप लगू टैणो। ओए दा कमली दा कोई भरोसा नहीं। यार मैनूं लगदा जे थोड़ा होर जोर पाउंदे ना उहनां ने मन जाणा सी। अच्छा हां थोड़ा जा होर जोर पाउंदे ना आ जेड़ा फिर हवा चो लंघिया किसे ना किसे दी छाती चो लंघना सी। सही गल है, अजे तां बैग ही चक्किया, नहीं किते दी लाश चक्कनी पैनी सी। तड़के नूं खबर आउणी सी, पति ने पाया जोर ते पत्नी ने चलाई 12 बोर, हुण नूं डैडी नूं फुंडिया होणा सी। आया ही शिमले दलजीत पुत्त नाम ना ले, कल्ले कल्ले चले गए, मैनू नाल लेके गए सी। पुत्त अगली बार लेके जाऊंगा, ओरे मेरा पुत्त, ओरे पुत्त अगली बार तेनू पक्का शिमले लेके जाऊंगा। हुण तू अपनी मां नू कह दे सानू अंदर बाड़ ले, ठीक है ना पुत्त? देख कल्ले बच्चे ना प्यो तो बिना रुल जांदे हुंदे पुत्त। कोई ना डैडी, मैं तेरे बिना सारूंगा औखा सौखा। मैनू अड कहां ओ यार, मेरियां तां खड़े खड़े दियां लत्तां दुखण लग गईयां, मैं उत्थे खड़ा जांदा। होर प्रताप गुरे ओ मेरे वाली व्हील चेयर अंदरों बाहर नू तक दे। ਡੈਡੀ ਤੁਸੀਂ ਵੀਲ ਚੇਅਰ ਮੰਗਾਈ ਸੀ ਉਹਨੇ ਰੱਖ ਕੇ ਭੇਜਤਾ, ਚੜ ਜਾਓ ਨਾਲੇ ਛੇਤੀ ਪਹੁੰਚੋਗੇ ਜਿੱਥੇ ਪਹੁੰਚਣਾ। ਲੱਗਦਾ ਇਧਰੋਂ ਤਾਂ ਪੱਤਾ ਕੱਟਿਆ ਗਿਆ, ਆਪਾਂ ਕੋਈ ਹੋਰ ਰਾਹ ਲੱਭੀਏ। ਜੇ ਆਪਾਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਨਾਲ ਰਹਿੰਦੇ ਨਾ, ਅੱਜ ਆਪਾਂ ਨੂੰ ਆ ਪ੍ਰੇਮੇ ਨਾਲ ਨਹੀਂ ਜਾ ਕੇ ਰਹਿਣਾ ਪੈਣਾ ਸੀ। ਚੱਲ ਪ੍ਰੇਮੇ ਚੱਲੀਏ। ਉਹ ਤੇਰਾ ਦਿਮਾਗ ਠੀਕ ਹੈ, ਪ੍ਰੇਮ ਦੇ ਘਰ ਚੱਲ ਚਲੋ। ਨਾ ਨਾ ਮੈਂ ਨੀ ਉੱਥੇ ਲੈ ਕੇ ਜਾ ਸਕਦਾ। ਕਿਉਂ, ਉੱਥੇ ਕਰਫਿਊ ਲੱਗਿਆ ਹੋਇਆ। ਉਹ ਮੈਂ ਪਤੰਦਰਾ ਤੁਹਾਨੂੰ ਆਪਣੇ ਘਰ ਲੈ ਗਿਆ, ਮੇਰੀ ਜਨਾਨੀ ਨੇ ਤੁਹਾਨੂੰ ਦੇਖ ਕੇ ਉਦਾਂ ਹੀ ਜੰਮ ਜਾਣਾ। ਭਾਈ ਉਹਨੇ ਕਹਿਣਾ ਜੇ ਇਹਨਾਂ ਦੀਆਂ ਘਰ ਵਾਲੀਆਂ ਇਹਨਾਂ ਤੇ ਇੰਨਾ ਰੋਹ ਮਾਰਦੀਆਂ ਤੇ ਮੈਂ ਕਿਉਂ ਨੀ। ਨਾ ਨਾ ਉਹ ਪਰ ਹੁਣ ਜਾਈਏ ਕਿੱਥੇ, ਸਾਨੂੰ ਵੀ ਕੋਈ ਰਾਹ ਦੱਸ। ਰਾਹ ਉਹ ਵੀ ਆਪਣੇ ਕੋਲ ਹੈਗਾ। ਓਕੇ ਮੇਰਾ ਪੁੱਤਰਾ। ਮੰਮਾ ਨਾਨੀ ਦਾਦੀ ਛੋਟੀ ਮੱਤੀ ਬੜੀ ਮੱਤੀ ਭੱਜ ਕੇ ਆਓ। ਹਾਂ ਕੀ ਹੋਇਆ ਪੁੱਤੂ? देखो डैडी कली ना चढ़ा लियो समर च। चलो यार सामने डेरा ला लिया, इन्हां नूं कोई थां नहीं मिली रहन। कोई ना रब ही वेखू हुण तां इन्हां नूं। रब अपने नाल है। हाँ। क्योंकि वो तो आप मर्द है, इसे करके तां उन्हां दे घर दे बिल्कुल सामने वाला घर आपां नूं किराए ते मिलिया।
ਹੁਣ ਬਸ ਸਵਾਦ ਲਓ ਮਚਾਓ ਜਿੰਨਾ ਮਚਾ ਸਕਦੇ ਹਾਂ ਮਚਾਓ ਸਾਨੂੰ ਕੀ ਲੋੜ ਹੈ ਮੱਚਣ ਦੀ ਮੱਚਦੀ ਹੈ ਸਾਡੀ ਜੁੱਤੀ ਹੱਸਣ ਤੋਂ ਜਿੰਨਾ ਹੱਸਦੇ ਨੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਜਾਲੀ ਹੱਸ ਰਹੇ ਹਾਂ ਫੇਰ ਫੇਰ ਕੀ ਲਿਟਦੇ ਆਉਣਗੇ ਮਾਫੀ ਮੰਗਣ ਜੇ ਉਹ ਪੰਜ ਆ ਦਲਜੀਤ ਨੂੰ ਮਿਲਾ ਕੇ ਅਸੀਂ ਸਾਢੇ ਪੰਜ ਆ ਕੁਝ ਵੀ ਕਰਨ ਰਿਐਕਟ ਹੀ ਨਹੀਂ ਕਰਨਾ ਸਟੈਂਡ ਰੱਖਣਾ ਆਪਣਾ ਬਸ ਉਹ ਸਟੈਂਡ ਤਾਂ ਉਹਨਾਂ ਦਾ ਮਿੰਟ ਚ ਟੁੱਟ ਜੂ ਜਦੋਂ ਪੋਚੇ ਲਾਉਣੇ ਪਏ ਕੱਪੜੇ ਧੋਣੇ ਪਏ ਫਿਰ ਉਹੀ ਕੱਪੜੇ ਪ੍ਰੈਸ ਕਰਨੇ ਪਏ ਫਿਰ ਭਾਂਡੇ ਮਾਂਜਣੇ ਪਏ ਫਿਰ ਆਟਾ ਗੁੰਨਣਾ ਪਿਆ ਤੇ ਰੋਟੀ ਪਕਾਉਣੀ ਪਈ ਐਦਾਂ ਸਟੈਂਡ ਤਾਂ ਨਹੀਂ ਟੁੱਟਣ ਦਿੰਦੇ ਆਪਾਂ ਨਾ ਆਨਲਾਈਨ ਫੂਡ ਮੰਗਾ ਲਿਆ ਕਰਾਂਗੇ ਪਰਫੈਕਟ ਕੀ ਲੋੜ ਹੈ ਮੱਥਾ ਮਾਰਨ ਦੀ ਬਸ ਮੈਂ ਤਿਆਰ ਹੋ ਜਾਓ ਮਰਦ ਰਾਜ ਦੀ ਦੁਬਾਰਾ ਸਾਫਰਾ ਕਰ ਲਈ ਦੇਖਦੇ ਹਾਂ ਕਿੰਨਾ ਕੁ ਰੱਖਣਗੀਆਂ ਭੈਣ ਜੀ ਵੈਸੇ ਤਾਂ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਪਰ ਜੇ ਤੁਸੀਂ ਭਾਜੀ ਨਾਲ ਜਾ ਕੇ ਰਹਿਣਾ ਚਾਹੁੰਦੇ ਹੋ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਆਈ ਮੀਨ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਦੇਖੋ ਬਈ ਤੁਹਾਡੀਆਂ ਦਾ ਪਤਾ ਨਹੀਂ ਮੈਨੂੰ ਪਰ ਮੇਰੇ ਵਾਲੀ ਸਰਪੰਚ ਨੇ ਮੇਰੇ ਬਿਨਾਂ ਬਿੰਦ ਨਹੀਂ ਸਾਰਦੀ ਮੈਂ ਤਾਂ ਉਹਦਾ ਮੂੰਹ ਵੀ ਨਾ ਵੇਖਾਂ ਬਾਕੀ ਭਾਈ ਜੇ ਤੁਹਾਨੂੰ ਮੇਰੇ ਇੱਥੇ ਰਹਿਣ ਤੇ ਕੋਈ ਇਤਰਾਜ਼ ਹੈ ਤਾਂ ਮੈਂ ਪਿੰਡ ਚਲੀ ਜਾਂਦੀ ਹਾਂ ਮੰਮੀ ਜੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਸਿਰਫ ਸਮਰ ਦੀ ਨਹੀਂ ਤੁਸੀਂ ਮੇਰੀ ਵੀ ਮੰਮੀ ਜੀ ਹੋ ਮੰਨਿਆ ਮੈਂ ਥੋੜੀ ਜ਼ਿੱਦੀ ਹਾਂ ਪਰ ਨਾ ਰਿਸ਼ਤੇ ਨਿਭਾਉਣੇ ਨਾ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੀ ਉਹੀ ਨੇ ਆਪਾਂ ਨੂੰ ਮਨਾਉਣ ਆਈਆਂ ਹੋਣਗੀਆਂ ਫਿਰ ਆਪਾਂ ਮੰਨ ਜਾਂਗੇ ਹੁਣ ਤੂੰ ਆਪਦਾ ਗੁੱਸਾ ਠੰਡਾ ਰੱਖੀ ਤੇਰੇ ਗੁੱਸੇ ਤੋਂ ਡਰ ਲੱਗਦਾ ਵੀਰੇ ਸੱਚੀ ਓਏ ਤੁਸੀਂ ਸਾਰੇ ਨਾ ਬੋਲਿਓ ਹਾਂ ਆਰਾਮ ਨਾਲ ਗੱਲ ਕਰਿਓ ਪਿਆਰ ਨਾਲ ਗੱਲ ਕਰਿਓ ਪਿਆਰ ਨਾਲ ਹੀ ਕਰਾਂਗੇ ਪਹਿਲਾਂ ਖੋਲੋ ਤਾਂ ਸੀ ਜਾ ਕੇ ਚੱਲ ਚੱਲ ਮਤ ਮਨ ਮੈਨੂੰ ਪਤਾ ਸੀ ਸ਼ਾਲੂ ਦਾ ਜੀ ਨਹੀਂ ਲੱਗਣਾ ਆ ਗਿਆ ਸੋਹਣੇ ਆ ਗਿਆ ਸਤਿ ਸ੍ਰੀ ਅਕਾਲ ਸ਼੍ਰੀਮਾਨ ਜੀ ਪੈਰੀ ਪੈਨੇ ਜੀ ਪੰਜਾਬ ਪੁਲਿਸ ਸੇਵਾ ਚ ਹਾਜ਼ਰ ਹੈ ਕੱਲੇ ਕੱਲੇ ਪਾਰਟੀ ਹੈ ਨਾ ਜੀ ਚਲੋ ਥੜ ਚ ਲਵੋ ਨਾ ਥੋੜਾ ਜਿਹਾ ਸਾਡੇ ਕੋਲ ਚਲੋ ਓ ਬੇਟਾ ਸਰ ਸਾਨੂੰ ਸਿਆਣੇ ਬਹਿਣ ਦਾ ਬਖਸ਼ ਦੋ ਜੀ ਹੱਥ ਬੰਨ ਕੇ ਬੇਨਤੀ ਹੈ ਸਾਨੂੰ ਬਜ਼ੁਰਗਾਂ ਨੂੰ ਤਾਂ ਛੱਡ ਹੀ ਜਾਓ ਤੇਰੇ ਤਾਂ ਚੌਰਿਆਂ ਵੱਧ ਪੈਣੀਆਂ ਚਾਹੀਦੀਆਂ ਨੇ ਮੁੰਡਿਆਂ ਨੂੰ ਸਮਝਾਉਣਾ ਤਾਂ ਕੀ ਸੀ ਉਲਟਾ ਨਾਲ ਲੱਗ ਤੇਰੇ ਚੱਲ ਬਚਾ ਲਾ ਆਪਣੇ ਸਿਰ ਦੇ ਸਾਈਂ ਨੂੰ ਮਿੱਠੀਏ ਇੱਕ ਮਿੰਟ ਨਜਾਇਜ਼ ਨਹੀਂ ਲਿਜਾ ਸਕਦੇ ਤੁਸੀਂ ਅੱਛਾ ਵੀਡੀਓ ਬਣਾ ਰਹੇ ਬਣਾ ਬਣਾ ਚੰਗੀ ਤਰ੍ਹਾਂ ਬਣਾ ਕਾਕੇ ਤੇ ਬਣਾ ਕੇ ਨਾ ਸੀਐਮ ਨੂੰ ਭੇਜ ਦੇ ਨਾ ਜੀ ਤੁਸੀਂ ਸਸਪੈਂਡ ਹੋ ਜਾਓਗੇ ਉਹ ਪੁੱਠੇ ਕੰਮ ਤੁਸੀਂ ਕਰੋ ਸਸਪੈਂਡ ਮੈਂ ਹੋ ਜਾਵਾਂ ਕਰਨ ਇੱਕ ਮਿੰਟ ਮੂੰਹ ਤਾਂ ਕਰ ਲੈ ਤੇਰਾ ਦਲਜੀਤ ਬੇਟੇ ਤੂੰ ਹੀ ਬੋਲਦਾ ਕੁਛ ਬੋਲਦਾ ਬੋਲਦਾ ਥਾਣੇਦਾਰ ਸਾਹਿਬ ਇਹਨਾਂ ਨੂੰ ਜਲਦੀ ਲੈ ਕੇ ਜਾਓ ਆਪ ਤਾਂ ਲੈ ਕੇ ਜਾਣਾ ਚਲੋ ਬੇਟਾ ਆ ਸਹੀ ਹੋ ਜਿੰਨੇ ਕਿੰਨੇ ਵੀ ਪੁਲਿਸ ਨੂੰ ਫੋਨ ਕੀਤਾ ਨਾ ਬਹੁਤ ਵਧੀਆ ਕੀਤਾ ਜਿੰਨੇ ਕਿੰਨੇ ਕੀ ਫੋਨ ਤਾਂ ਮੈਂ ਕੀਤਾ ਮੰਮੀ ਜੀ ਤੁਸੀਂ ਹੋਰ ਸਰਪੰਚ ਨਹੀਂ ਆ ਐਂ ਕਿਵੇਂ ਕੋਈ ਮੇਰੇ ਹੁੰਦਿਆਂ ਗੰਦ ਪਾ ਸਕਦਾ ਹੈ
दसो कि भूआ का विआह से अभी रात को म्यूजिक बजा लगे हो तुम पता नहीं है गैर कानूनी है पता से जी अच्छा ता फिर कानून नाल जान बुझ के छेड़छाड़ करते हो लखा सिया जी जनाब मुंडिया नू गान बजाउण दा बहुत ही शौक लगता है कोई गल नहीं जनाब हुणे करा दिंदे आ रिआज साज आपां सुरच करके रखे ने ये तां मुरकियां लाउंदे फिरनगे ना ना जनाब माफ कर दो जी हाड़े हाड़े वैसे जनाब आपां लै दे के भी नवेड़ सकदे आ आ मुंडा सियाणा लगता है मैनू पढ़िया लिखा लगता है वेरी गुड वेरी गुड तुसीं पुलिस नू समझे की आवे माई बाप माई माफ कर दो जी असीं तां पहले तीवी दे सताए होए जी तीवियां दे सताए होए हां जी मतलब मतलब जे खुल के दसांगे रात भी छोटी पजनी है तुहानू रोना आ जूगा जी ते मोटा मोटा दसीए जिंदगी जमा पतली हुई पी है जी इन्नी पतली ते कमजोर जेड़ा मर्जी तोड़ मरोड़ देवे बस आए समझ लो तोड़ मरोड़ ते जिंदगी लंघ रही है पता नहीं जुड़ूगी कि नहीं जनाब घर वाली दे जुल्मों तो बचण लई मैं सट दा बहाना करके पिछले पूरे 14 साल ओदे मूरे व्हील चेयर ते बैठा रहा 14 साल तो व्हील चेयर ते हां जी ਕਿੱਥੇ ਸਦਾ ਵੱਡੇ ਥਾਲੇ ਦਾ ਸੱਤੀ ਬਣ ਕੇ ਹੋਏ ਅੱਛੇ ਡੇਲ ਕੇ ਤੋਂ ਆ ਗਏ ਤੈਨੂੰ ਮਾੜੀ ਮੋਟੀ ਸ਼ਰਮ ਹੈ ਆ ਤੇਰਾ ਸਿਆਪਾ ਕਰਨ ਨੂੰ ਮੈਂ ਸਾਰਾ ਦਿਨ ਘਰੇ ਬੈਠੀ ਆ ਅੱਜ ਆਪਣੀ ਮੈਰਿਜ ਐਨਵਰਸਰੀ ਸੀ ਤੈਨੂੰ ਸਰਪ੍ਰਾਈਜ਼ ਦੇਣਾ ਸੀ ਮੈਂ ਪਰ ਨਾ ਤੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਥਾਣਾ 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 24 ਘੰਟੇ ਥਾਣੇ ਵੜਿਆ ਰਹੂ ਆਪਣੇ ਵਰਗਾ ਹੀ ਹੈ ਜੇ ਨਹੀਂ ਜ਼ਰੂਰੀ ਸੀ ਥਾਣਾ ਤਾਂ ਥਾਣੇ ਨੇ ਵੀ ਇਹ ਕਰਾਣਾ ਸੀ ਲੇਟ ਨਾ ਕਿਉਂ ਕਰਵਾਇਆ ਅੱਜ ਘਰੇ ਨਾ ਵੜੀ ਦੱਸਦਾ ਤੈਨੂੰ ਮੈਂ ਤੇਰੀ ਥਾਣੇਦਾਰੀ ਤਾਂ ਮੈਂ ਕੱਢੂ ਜਨਾਬ ਹੁਣ ਤਾਂ ਛੱਡ ਦੋ ਜੀ ਸਟਾਫ ਮੈਂਬਰਾਂ ਨੂੰ ਵੀਰੇ ਤੁਸੀਂ ਵੀ ਪੁਲਿਸ ਚੋਂ ਨਾ ਜੀ ਮੈਂ ਤਾਂ ਭਾਬੀ ਜੀ ਹੋਣਾ ਕਰਕੇ ਕਹਿ ਰਿਹਾ ਜੀ ਵੀ ਤੁਹਾਡੀ ਵੀ ਸਾਤੇ ਮੁਖੀ ਕੁੱਤੇ ਖਾਣੀ ਹੁੰਦੀ ਹੈ ਜੀ ਵੈਸੇ ਜਨਾਬ ਇੱਕ ਗੱਲ ਸਮਝ ਨਹੀਂ ਆਈ ਕਿ ਤੁਸੀਂ ਇਹ ਵਿਆਹ ਵਾਲਾ ਦਿਨ ਮਤਲਬ ਐਨਵਰਸਰੀ ਕਿਵੇਂ ਭੁੱਲ ਗਏ ਹਾਸੇ ਕੌਣ ਯਾਦ ਰੱਖਦਾ ਛੋਟੇ ਵੀਰ ਜਨਾਬ ਕੇਕ ਕੱਟ ਦੋ ਜੀ ਕਿਤੇ ਘਰੋਂ ਪਤਾ ਨਾ ਕੱਟਿਆ ਜਾਵੇ ਜੀ ਤੁਹਾਡਾ ਹਾਂ ਵੀਰੇ ਤੁਸੀਂ ਜਾਓ ਜੀ ਅੱਛਾ ਅੰਕਲ ਜੀ ਉਹ ਵੀਲ ਚੇਅਰ ਵਾਲਾ ਆਈਡੀਆ ਕੰਮ ਕਰਦਾ 100% ਮਾਸੜ ਜੀ ਗਾਜਰਾਂ ਛਿਲਤੀਆਂ ਜੀ ਆਓ ਛਿਲਤੀਆਂ ਲੈ ਜਾ ਕੇ ਆ ਗਿਆ ਜੀ ਓਏ ਅੰਨਾ ਹੋਇਆ ਮੈਂ ਪੁੱਛ ਲਈ ਜਾਣਾ ਫੇਰ ਕੀ ਹੋਇਆ ਡੜੀ ਜੀ ਦੁਬਾਰੇ ਲਾ ਲਿਓ ਕੰਗਾ ਪਹਿਲਾਂ ਵੀਲ ਚੇਅਰ ਤੇ ਬੈਠਾ ਸੀ ਤੁਹਾਡੇ ਮਗਰ ਲੱਗ ਕੇ ਦੀ ਜ਼ਿੰਦਗੀ ਖਰਾਬ ਕਰ ਲਈ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਪਹਿਲਾਂ ਵੀ ਇਹੀ ਕੰਮ ਕਰਦੇ ਸੀ ਹੁਣ ਵੀ ਇਹੀ ਕੰਮ ਕਰਦੇ ਮੈਨੂੰ ਐਂ ਦੱਸ ਬਈ ਆ ਕੁੱਤਖਾਨਾ ਜਾ ਕਦੋਂ ਖੇੜਾ ਚੜੂ ਸਾਡਾ ਸਾਨੂੰ ਕੀ ਪਤਾ ਆਪਣਾ ਸਲਾਹਕਾਰ ਤਾਂ ਉਹ ਬੈਠਾ ਮੋਬਾਈਲ ਤੇ ਗੇਮ ਖੇਡ ਰਿਹਾ ਮੇਰੀ ਮੰਨੋ ਆਪਾਂ ਸਲਾਹਕਾਰ ਹੀ ਬਦਲ ਦਿੰਨੇ ਆ ਉਹ ਪਕਾਈ ਨਾ ਮਾਰੋ ਮੈਂ ਸਾਰਾ ਕੁਝ ਸੁਣ ਰਿਹਾ ਲੈ ਧਿਆਨ ਤੁਹਾਡੇ ਵਿੱਚ ਹੀ ਆ ਉਹ ਜਦੋਂ ਸਾਰਾ ਕੁਝ ਸੁਣ ਰਿਹਾ ਫਿਰ ਬੋਲਦਾ ਕਿਉਂ ਨਹੀਂ ਮੂੰਹ ਦੇ ਵਿੱਚ ਟੋਫੀਆਂ ਪਈਆਂ ਨੇ ਸਾਰਾ ਕੁਝ ਸੁਣ ਰਿਹਾ ਤੈਨੂੰ ਹੁਣ ਕੋਈ ਹੱਲ ਦੱਸ ਕਰੀਏ ਤਾਂ ਕੀ ਕਰੀਏ ਉਹ ਪੁੱਤ ਜੇ ਮੇਰੀ ਗੱਲ ਮੰਨਦੇ ਹੋ ਨਾ ਤਾਂ ਚੁੱਪ ਕਰਕੇ ਮਾਫੀ ਮੰਗ ਲਓ ਓਏ ਸ਼ਰਮ ਕਰ ਲੈ ਮਾਸੜਾ ਘੱਟ ਤੋਂ ਘੱਟ ਆਪਣੇ ਹੋਲੀ ਦਾ ਤਾਂ ਮਾਣ ਰੱਖ ਲੈ ਤੇਰੇ ਵਰਗਾ ਬੰਦਾ ਮਾਫੀ ਮੰਗਦਾ ਚੰਗਾ ਲੱਗਦਾ ਖੜ ਜਾ ਯਾਰ ਮੇਰੀ ਤਾਂ ਸੁਣ ਲਓ ਪਹਿਲਾਂ ਉਹ ਪਹਿਲਾਂ ਆਪਾਂ ਤਲਾਕ ਦਾ ਨੋਟਿਸ ਭੇਜਾਂ ਤਲਾਕ ਓ ਹੈਲੋ ਦਿਮਾਗ ਸੈੱਟ ਆ ਤੇਰਾ ਆ ਜਿਹੜਾ ਇੰਨਾ ਕੁੱਤਕਲੇਸ਼ ਕੀਤਾ ਆਪਾਂ ਤਲਾਕ ਲਈ ਕੀਤਾ ਹਾਂ ਓਏ ਆਪਾਂ ਤਲਾਕ ਦੇਣਾ ਥੋੜੀ ਆ ਆਪਾਂ ਦਾ ਜਸ ਤਲਾਕ ਦੇ ਪੇਪਰ ਭੇਜਣੇ ਜਦੋਂ ਹੀ ਉਹਨਾਂ ਦੇ ਤਲਾਕ ਦੇ ਪੇਪਰ ਹੱਥ ਆਏ ਉਹਨਾਂ ਨੇ ਜਾਣਾ ਹਿੱਲ ਓਏ ਉਹ ਦੌੜਨੀਆਂ ਭੱਜੀਆਂ ਸਰਦਾਰ ਜੀ ਮਾਫੀ ਸਰਦਾਰ ਜੀ ਮਾਫੀ ਮਾਫੀ ਦੇ ਦਿਓ ਸਰਦਾਰ ਜੀ ਮਾਫੀ ਦੇ ਦਿਓ ਮਾਫੀ ਦੇ ਦਿਓ ਡੈਡੀ ਲੋ ਮੇਰੀ ਤਾਂ ਅਗੀ ਨਿੱਕੀ ਜੀ ਮਾਫੀ ਹੈਲੋ ਦਿਲਜੀਤ ਪੁੱਤ ਤੂੰ ਤੇਰੀ ਮੰਮੀ ਵੀ ਆਈ ਹੈ ਹਾਂ ਆਏ ਨੇ ਬੁਲਾਮਾ ਬੁਲਾ ਲੈ ਪੁੱਤ ਬੁਲਾ ਲੈ ਸਾਰੇ ਕੋਟ ਵਾਲੇ ਮੰਮਾ ਆਇਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਪਨ ਅੰਕਲ ਜੀ ਉਹ ਤਾਂ ਤੇਰਾ ਮੰਮਾ ਨਹੀਂ ਮੈਨੂੰ ਤਾਂ ਤੇਰਾ ਮਾਮਾ ਲੱਗਦਾ ਸਰ ਜੀ ਆ ਗੱਲਾਂ ਗੱਲਾਂ ਚ ਮੈਨੂੰ ਸਾਲਾ ਬਣਾਓ ਮਾਈ ਸੈਲਫ ਵਕੀਲ ਕਾਲਾ ਇਹ ਰਹੇ ਤੁਹਾਡੇ ਤਲਾਕ ਦੇ ਪੇਪਰ ਤਲਾਕ ਹਾਂਜੀ ਤਲਾਕ ਕਿੰਨੇ ਭਾਗਾ ਨੇ ਸਰ ਜੀ ਤੁਸੀਂ ਤੁਹਾਡੇ ਘਰ ਆਏ ਤੁਹਾਡੇ ਤੋਂ ਤਲਾਕ ਲੈ ਰਹੀਆਂ ਨੇ ਪਰ ਸਭ ਦੀ ਕਿਸਮਤ ਤੁਹਾਡੇ ਵਰਗੀ ਨਹੀਂ ਹੁੰਦੀ ਇੱਥੇ ਉਸੇ ਨਾਲ ਹੀ ਡੰਗ ਟਪਾਉਣਾ ਪੈ ਰਿਹਾ ਐ ਕਿਵੇਂ ਤਲਾਕ ਦੇ ਸਕਦੀਆਂ ਨੇ ਉਹ ਮੰਮੀ ਹੁਣੀ ਰਾਤ ਗੱਲਾਂ ਕਰਦੀਆਂ ਸੀ ਕਿ ਇਹਨੇ ਦੇ ਰੋਜ਼ ਰੋਜ਼ ਹੈ ਨਾ ਕੰਜਰ ਕਲੇਸ਼ ਤੋਂ ਇਹਨਾਂ ਦਾ ਪਟਾ ਪੱਕਾ ਹੀ ਖੋਲ ਦਿੰਦੇ ਆ ਵਧਾਈਆਂ ਜੀ
ਕੰਗ੍ਰੈਚੁਲੇਸ਼ਨ ਸਰ ਜੀ ਮਾਰਕ ਅੰਕਲ ਜੀ ਤੁਹਾਨੂੰ ਵੀ ਮੈਨੂੰ ਲੱਗਦਾ ਜਨਾਨੀਆਂ ਦੋ ਕਦਮ ਅੱਗੇ ਚੱਲ ਰਹੀਆਂ ਆਪਣੇ ਤੋਂ ਕਦਮ ਆਖਿਆ ਬੜਾ ਆਖਿਆ ਉਹਨਾਂ ਨੇ ਤਾਂ ਲੌਂਗ ਜੰਪ ਲਾਇਆ ਉਹ ਵੀ ਸਿੱਧੇ ਘਰ ਤੋਂ ਕਚਹਿਰੀਆਂ ਤੱਕ ਦਾ ਭੰਗੜਾ ਮਨਜ਼ੂਰ ਹੈ ਵੀਰੇ ਪਰ ਤਲਾਕ ਨਹੀਂ ਆ ਕੀ ਨਮਾ ਚੰਨ ਚੜ ਗਿਆ ਮੇਰੇ ਘਰ ਵਾਲੀ ਮੇਰੇ ਨਾਲ ਲਿਹਾਜ਼ ਕਰ ਸਕਦੀ ਘੱਟੋ ਘੱਟ ਲਿਹਾਜ਼ ਤਾਂ ਮੇਰੇ ਘਰ ਵਾਲੇ ਨੇ ਨਹੀਂ ਮੇਰੇ ਨਾਲ ਕੀਤਾ ਇਹਦਾ ਮਤਲਬ ਇਸ ਘਰ ਚੋਂ ਪੰਜ ਤਲਾਕ ਹੋਣਗੇ ਅਸੀਂ ਕਿਸੇ ਨੇ ਨਹੀਂ ਤਲਾਕ ਹੋਣ ਦੇਣਾ ਚਲੋ ਵੀ ਮੁੰਡੇ ਚਲੋ 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 ਸਰ ਜੀ ਤੁਸੀਂ ਐਵੇਂ ਕਾਨੂੰਨ ਹੱਥ 'ਚ ਨਹੀਂ ਲੈ ਸਕਦੇ ਜੀ ਅਸੀਂ ਘੋਟਣੀਆਂ ਲਵਾ ਦਾਂਗੇ ਉਹ ਪਿਆਰ ਨਾਲ ਗੱਲ ਕਰਿਓ ਐਵੇਂ ਹੱਥੋਂ ਪਈ ਨਾ ਹੋਇਓ ਬਾਕੀ ਪ੍ਰੇਮਾ ਬੈਠਾ ਆ ਬੰਦਾ ਆਂਢ ਗੁਆਂਢ ਚ ਦਾਲ ਸਬਜ਼ੀ ਭੇਜਦਾ ਤੁਸੀਂ ਤਲਾਕ ਦੇ ਪੇਪਰ ਹੀ ਭੇਜਦੇ ਅਸੀਂ ਫੈਸਲਾ ਕਰ ਲਿਆ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਪਰ ਜਦੋਂ ਸਾਨੂੰ ਤਲਾਕ ਚਾਹੀਦਾ ਹੀ ਨਹੀਂ ਤੁਸੀਂ ਜਦੋਂ ਆਪਾਂ ਇਕੱਠੇ ਰਹਿਣਾ ਹੀ ਨਹੀਂ ਇਹ ਖੋਖਲੇ ਰਿਸ਼ਤੇ ਦਾ ਕੀ ਫਾਇਦਾ ਤੁਸੀਂ ਵੀ ਆਜ਼ਾਦ ਤੇ ਅਸੀਂ ਵੀ ਆਜ਼ਾਦ ਚੱਲ ਮਾਸੜਾ ਮਾਸੀ ਨੇ ਚਾਕੂ ਲੈ ਕੇ ਤੇਰਾ ਢੋਲ ਜਿਹਾ ਪਾੜ ਲੈਣਾ ਚਲੋ ਤੇ ਜਾਨਾ ਆ ਜਾ ਬਈ ਸਰਜੀਤ ਕੌਰ ਜੀ ਇੱਕ ਬੇਨਤੀ ਕਰਨੀ ਸੀ ਇਹਨਾਂ ਉਮਰਾਂ ਚ ਆਪਾਂ ਤਲਾਕਾਂ ਤਲੁਕਾਂ ਚੱਕਰ ਚ ਪੈਂਦੇ ਚੰਗੇ ਲੱਗਦੇ ਆ ਲੋਕ ਭਲਾ ਕੀ ਕਹਿਣਗੇ ਨਾ ਜਦੋਂ ਆ ਕੰਜਰਖਾਨਾ ਕੀਤਾ ਸੀ ਉਦੋਂ ਨਹੀਂ ਸੀ ਲੋਕਾਂ ਦਾ ਪਤਾ ਬਈ ਲੋਕ ਕੀ ਕਹਿਣਗੇ ਪ੍ਰਤਾਪ ਗੁਰੇ ਤੂੰ ਤਾਂ ਸਿਆਣੀ ਬਿਆਣੀ ਹੈ ਦੱਸ ਭਲਾ ਟਕਾ ਕੇ ਸੰਗੁਸਤਾ ਜੋ ਕਦੇ ਕਿਸੇ ਨੇ ਕੁਝ ਖੱਟੇ ਤੇਰੇ ਤੇ ਤਾਂ ਮੈਂ ਦੋ ਕੇਸ ਕਰਨੇ ਆ ਇੱਕ ਤਲਾਕ ਦਾ ਦੂਜਾ ਧੋਖਾ ਧੜੀ ਦਾ ਕਿੱਦਾਂ ਚੁੱਪ ਕਰਕੇ ਇੰਨਾ ਚਿਰ ਕੁਰਸੀ ਤੇ ਬੈਠਾ ਰਿਹਾ ਮੀਸਣਾ ਜਿਹਾ ਨਾ ਹੋਵੇ ਤੇ ਦਲਜੀਤ ਪੁੱਤ ਸਮਝਾ ਆਪਦੀ ਮਾਂ ਨੂੰ ਤੇਰਾ ਮੇਰੇ ਬਿਨਾਂ ਜੀ ਨਹੀਂ ਲੱਗਣਾ ਪੁੱਤ ਕੋਈ ਨਾ ਰੈਡੀ ਕਾਲਾ ਲੱਗ ਜਦ ਜੱਜ ਪੁੱਛੂ ਮੈਂ ਕਹਿ ਦੂੰ ਕਿ 6 ਮਹੀਨੇ ਡੈਡੀ ਨਾ ਤੇ 6 ਮਹੀਨੇ ਮੰਮੀ ਨਾਲ ਤੂੰ ਤੜ ਨਹੀਂ ਜਾਣਾ ਸਮਰ ਯਾਰ ਤੂੰ ਹੀ ਕਰ ਕੁਛ ਸਾਡੇ ਦਾ ਘਰ ਵਿੱਚ ਕਿਸੇ ਦਾ ਵੀ ਨਹੀਂ ਤਲਾਕ ਹੋਇਆ ਵਾ ਮੈਂ ਹੁਣ ਕੀ ਕਰਾਂ ਤੁਹਾਡੇ ਤਾਂ ਅੱਕੇ ਕੀ ਹੋਏ ਨੇ ਸਾਡੇ ਨਾਲ ਤਾਂ ਜੱਗੋਂ ਫਤੇਰਵੀਂ ਹੋ ਗਈ ਆਪਣੇ ਵਾਲੀ ਬਚਾਉਂਦੇ ਬਚਾਉਂਦੇ ਡੈਡੀ ਵਾਲੀ ਵੀ ਗਵਾ ਦੀ ਮੈਨੂੰ ਇੱਕ ਗੱਲ ਦੱਸੋ ਵਿੰਗੜ ਜਿਆ ਆਹ ਭੈੜੇ ਭੈੜੇ ਆਈਡੀਆ ਆਉਂਦੇ ਕਿੱਥੋਂ ਆ ਤੈਨੂੰ ਇਹ ਗੋਡ ਗਿਫਟ ਦਾ ਪ੍ਰੇਮ ਜੀ ਨੇ ਕਦੇ ਮਾਣ ਹੀ ਨਹੀਂ ਕੀਤਾ ਉਹ ਆ ਤੇਰਾ ਗੋਡ ਕਿਤੇ ਸਾਡੀਆਂ ਜਨਾਨੀਆਂ ਨੂੰ ਤਾਂ ਨਹੀਂ ਸੁਣਾ ਆਉਂਦਾ ਆਈਡੀਆ ਜਿਹੜਾ ਵੀ ਆਈਡੀਆ ਅਸੀਂ ਸੋਚਦੇ ਆ ਜਾਂ ਤਾਂ ਉਹ ਫਲੌਪ ਹੋ ਜਾਂਦਾ ਜਾਂ ਫਿਰ ਉਹ ਜਨਾਨੀਆਂ ਵਰਤ ਲੈਂਦੀਆਂ ਸਾਡਾ ਸ਼ਮਸ਼ੇਰ ਭਾਈ ਸ਼ਾਂਤ ਰਹੋ ਹਾਂ ਦੱਸੋ ਕੀ ਕਹਿਣਾ ਮੇਰਾ ਆਈਡੀਆ ਇਹ ਆ ਬਈ ਘਰ 'ਚ ਤੁਸੀਂ ਕਿਰਾਏ ਤੇ ਕੁੜੀਆਂ ਲੈ ਆਓ ਓ ਮੈਂ ਤੇਰੇ ਕੰਨ ਦੇ ਥੱਲੇ ਮਾਰੂੰਗਾ ਇੱਕ ਬਕਵਾਸ ਕਰੀਆਂ ਨਾ ਓਏ ਇਹੋ ਜਿਹੇ ਆਈਡੀਆ ਦੇਣ ਨਾਲੋਂ ਤਾਂ ਪਹਿਲਾਂ ਸਾਨੂੰ ਸਰਫਾਸ ਦੇ ਦੇ ਕਿਹੋ ਜਿਹੇ ਕੁੱਤੇ ਕੰਮ ਕਰਾਉਣ ਲੱਗਿਆ ਐਡਾ ਮੁੰਡਾ ਹੋ ਗਿਆ ਮੇਰਾ ਮੇਰੀ 60 ਸਾਲ ਦੀ ਉਮਰ ਹੋ ਗਈ ਅੱਜ ਤੱਕ ਆਪਦੀ ਇੱਜ਼ਤ ਤੇ ਦਾਗ ਨਹੀਂ ਲੱਗਣ ਦਿੱਤਾ ਹੁਣ ਤੂੰ ਐਸ ਉਮਰੇ ਮੇਰੇ ਸਿਰ 'ਚ ਖੇਪ ਹੋਣ ਫਿਰਦਾ ਤੁਸੀਂ ਰਿਐਕਟ ਬਹੁਤ ਛੇਤੀ ਕਰਦੇ ਆ ਓ ਲੋਹੇ ਦੀ ਕਾਟ ਲੋਹਾ ਜਨਾਨੀ ਦੀ ਕਾਟ ਜਨਾਨੀ ਓ ਯਾਰ ਤੁਸੀਂ ਕਿਹੜਾ ਵਿਆਹ ਕਰਾਉਣਾ ਉਹਨਾਂ ਓ ਉਹਨਾਂ ਜਨਾਨੀਆਂ ਦੇਖ ਕੇ ਤੁਹਾਡੀਆਂ ਜਨਾਨੀਆਂ ਦੇ ਕਾਲਜੇ ਮਚਣਗੇ ਕਾਲਜੇ ਦੇਖੋ ਕਿਦਾਂ ਭਾਂਪੜ ਮੱਚਦੇ ਪੱਟੀਆਂ ਹੋਣਗੀਆਂ ਪੱਟੀਆਂ ਗੱਲ ਤਾਂ ਵੈਸੇ ਠੀਕ ਕਹਿੰਦਾ ਤਲਾਕ ਤਾਂ ਆਪਣਾ ਹੋਇਆ ਹੀ ਪਿਆ ਆ ਵੀ ਵਰਤ ਕੇ ਦੇਖ ਲੈਂਦੇ ਆਈਏ ਵੀਰੇ ਆ ਕੁੜੀਆਂ ਜਾਂ ਕਿਰਾਏ ਤੇ ਲਾਉਣ ਵਾਲੀ ਗੱਲ ਕੋਈ ਚੀਪ ਜੀ ਨਹੀਂ ਲੱਗ ਰਹੀ ਚੀਪ ਤਾਂ ਮੈਨੂੰ ਵੀ ਲੱਗ ਰਹੀ ਹੈ ਪਰ ਹੁਣ ਭਾਈ ਸਾਹਿਬ ਨੇ ਹਾਮੀ ਭਰਤੀ ਠੀਕ ਹੀ ਹੋਊ ਹਾਂ ਤੁਸੀਂ ਮੈਨੂੰ ਇਕੱਲੇ ਨੂੰ ਬਲੇਮ ਨਹੀਂ ਕਰ ਸਕਦੇ ਹੁਣ ਤੱਕ ਆਪਾਂ ਜੋ ਵੀ ਕੀਤਾ ਇਕੱਠਿਆਂ ਦਾ ਆਈਡੀਆ ਸੀ ਇਕੱਠਿਆਂ ਦਾ ਉਹ ਘਰ ਵੀ ਆਪਣਾ ਇਕੱਠਿਆਂ ਦੀ ਟੁੱਟੂ ਇਕੱਠਿਆਂ ਦਾ ਤੇਰੇ ਕੋਲ ਹੋਰ ਕੋਈ ਤਰੀਕਾ ਹੈ ਘਰ ਤੋੜਨ ਦਾ ਘਰ ਤੋੜਨ ਦਾ ਨਹੀਂ ਘਰ ਬਚਾਉਣ ਦਾ ਫਿਰ ਤਾਂ ਇਹੀ ਠੀਕ ਹੈ ਹਾਜ਼ਰੀਨ ਮੈਂ ਤੁਹਾਡਾ ਦੋਸਤ ਹੋਸਟ ਮਿਸਟਰ ਪ੍ਰੇਮ ਸਾਡੀਆਂ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦਾ ਹੋਇਆ ਤੁਹਾਡੇ ਸਾਹਮਣੇ ਪੇਸ਼ ਕਰਵਾਉਣ ਜਾ ਰਿਹਾ ਜਿਹੜੀ ਨੱਚਦੀ ਆ ਸਭ ਤੋਂ ਸੋਹਣੀ ਆ ਰਹੀ ਹੈ ਮਿਸ ਮੌਣੀ 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 ਨਾਮ ਅੱਛਾ ਕਰੇ ਆਪਣਾ ਹਰ ਗੱਭਰੂ ਚਾਹਤਾ ਹੈ ਜਿਸ ਕਾ ਨਾਮ ਜਪਨਾ ਆ ਰਹੀ ਹੈ ਮਿਸ ਸਪਨਾ 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 ਹੁਸਨ ਹੈ ਜਿਸ ਕੀ ਖੂਬੀ ਆ ਰਹੀ ਹੈ ਮਿਸ ਰੂਪੀ 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 ਓਏ ਹੈਲੋ ਹਾਂ ਆ ਕੀ ਹੈ ਦੇਖ ਛੋਟੇ ਵੀਰ ਇਹ ਹੈਗੀਆਂ ਡਾਂਸ ਗਰੁੱਪ ਦੀਆਂ ਕੁੜੀਆਂ ਏਦਾਂ ਦੀ ਪੇਸ਼ਕਾਰੀ ਮੈਂ ਤਾਂ ਕੀਤੀ ਆ ਇਹਨਾਂ ਦਾ ਹੌਸਲਾ ਵਾਧਾ ਰਹਿੰਦਾ ਕੱਲ ਨੂੰ ਕਹੇਗਾ ਨਾ ਤੂੰ ਨੋਟ ਵੀ ਵਾਰੋ ਇਹਨਾਂ ਦਾ ਮਾਣ ਤਾਣ ਕਰਨਾ ਉਹ ਇਹੋ ਜਿਹਾ ਮਾਣ ਤਾਣ ਕਰਦਿਆਂ ਸਾਡੀਆਂ ਘਰ ਵਾਲੀਆਂ ਨੇ ਦੇਖ ਲਿਆ ਨਾ ਸਾਡੇ ਮਾਣ ਤਾਣ ਸਜਾਉਣਗੀਆਂ ਮਾਰ ਮਾਰ ਕੇ ਮੈਂ ਵੀ ਸੋਚੀ ਜਾਂਦਾ ਕੁੜੀਆਂ ਕਿਤੇ ਦੇਖੀਆਂ ਲੱਗਦੀਆਂ ਸਰਦਾਰ ਜੀ ਅਕੇਲੇ ਆਪ ਨੇ ਹੀ ਥੋੜੀ ਨਾ ਮੈਂ ਪਹਿਚਾਨਾ ਹੈ ਅੱਛਾ
हमने भी आपको पहचान लिया। वो शादी में आप वही नहीं हो जिससे प्रीति को चिमटी काटी थी? बड़ा लफड़ा हो गया था सरदार जी उससे। अब हरियाणा कैसा दस्ते नहीं तू अपने खेड़ी का? मैंनू भी अजीब पता लग गया था। लो मेरे वीर जी, आज तो बाद इस घर में एक कुड़ियां थोड़े ना रहन गया, पर अलग कमरे च गुगे तुसी अपना कमरा मलको। शाबाश। लो मेरे वीर जी, हुण तुसी बाद बां पा के मिठिया मिठिया गल्ला करनिया, इस तो ज्यादा कुछ नहीं करना। किसे नू कोई एतराज? मैनू एतराज? आ ते मैं तेनां नू अपने घर वालियां नू दिखा के मचा लैणगे। ਅਸੀਂ ਕਿਵੇਂ ਮਚਾਵਾਂਗੇ ਦੋਵੇਂ? ਨਾ ਨਾ ਅੰਕਲ ਜੀ, ਮੈਂ ਤੁਹਾਡੇ ਵਾਸਤੇ ਟਰਾਈ ਤਾਂ ਕੀਤਾ ਸੀ, ਪਰ ਤੁਹਾਡੀ ਉਮਰ ਦੇ ਬੰਦੇ ਤੇ ਭਰੋਸਾ ਘੱਟ ਕੀਤਾ ਜਾ ਸਕਦਾ ਨਾ। ਹੁਣ ਦੇਖੋ, ਜੇ ਮੈਂ ਤੁਹਾਡੀ ਉਮਰ ਦੀ ਇੱਥੇ ਕੋਈ ਬੁੜੀ ਕਿਰਾਏ ਤੇ ਲਿਆਉਂਦਾ ਨਾ, ਉਹ ਆਉਂਦਿਆਂ ਹੀ ਪਰਲੋਕ ਸੁਧਾਰ ਜਾਂਦੀ। ਤੇ ਇਹ ਦੇਖ ਲਓ, ਸੰਸਕਾਰ ਤੋਂ ਲੈ ਕੇ ਮੁਰਦੀ ਮਕਾਨ ਤੱਕ ਦਾ ਸਾਰਾ ਖਰਚਾ ਤੁਹਾਨੂੰ ਹੀ ਚੱਕਣਾ ਪੈਣਾ ਸੀ। ਇਸ ਕਰਕੇ ਮੈਂ ਸਕੀਮ ਕੈਂਸਲ ਕਰ ਦਿੱਤੀ। ਚੰਗਾ ਚੰਗਾ ਸਹੀ ਹੈ। ਲੈ ਵੀ ਹੋ ਜਾਓ ਤਿਆਰ ਹੁਣ ਆਪਣੀਆਂ ਘਰ ਵਾਲੀਆਂ ਨੂੰ ਮਚਾਉਣ ਲਈ। मम्मी, मैनू लगदा डैडी नवी मम्मी ले आया। मोहिनी, ये दारू तो खत्म हो गई। देखो, रुक, एक मिनट रुक। शेरू, आए मेरे शेरू। यार इन्हां नाल तां अपने वाली वधिया सी, घर तो घट्टां तां नहीं पलाउंदियां सी। की शेरू शेरू लाईया कुत्ता मैं? दारू खत्म हो गई, थोड़ी और दारू मिलेगी? कोई दारू दूर नहीं मिलनी, सौंदे चुप करके। तुम लोगों को ना औरत को रखना नहीं आता। सही बोली रे तू। पता है, भैंस को रस्सी के जोर से और औरत तो आदमी के जोर से ही जलती है। कुछ ज्यादा नहीं फैल रही है पारसा? फिर दारू और मंगा रहे हो या नहीं? नहीं। हाँ, कोई दारू नहीं मिली। रुको, तुम रुको। हाँ, अब तुम देखो और फड़ लो इन्हें। तुम्हारी फेरना चुटी कट के पंगा पाती। कोई रुको, मेरा सपना सिटो बेचारी बच्चे आ रही है। मैंने बिजना करते चूनिया पड़ता फालो यूस लगे कराने। वो इना तो कोई बंदा नहीं तंग करता दारू पी के जिन्ना तुम कर लगी हो। ये लगती पंजाबी कहते हैं दारू की बोतल को ला के नहीं दे सकता। एक मिनट, अंदर बैठ के गल कर। कोई अंदर नहीं जाएगा, सभी इधर बैठेंगे। बैठो वन, बैठो टू, बैठो थ्री। वो क्यों कपड़े लपेट दियो? धोने तो सानू ही पहन गए। वो पानी पीछे धरना लाऊं तो देखे सी, दारू पीछे पहली बार देखे धरना लाऊं। साडी गवांड च बहुत इज्जत है, क्यों गंद पाया? अंदर आ जाओ। सुने, चुप। ये बता, दारू मिलेगी या नहीं? ऐसी ढोल पे जायू मिलेगी या नहीं मिलेगी? हूं तो तेरे पतंदर ठेके भी बंद हो गए, कितों लिया तेन संतरा? ठेके के शटर में ना चोंच से खिड़की होती है, उस खिड़की को कटकटाने से दारू मिल जाएगी। इन्हें तो सारा कुछ ही पता है, मगर मुक्ति बात ये है कि आपको दारू नहीं मिलेगी। किसने बोला? दारू मिलेगी। दारू मिलेगी, क्यों नहीं मिलेगी? पूरा ठेका थोड़े नाम करा दांगे। अरे क्या बात है, तुम लोग तो सरकार की तरह बदल गए हैं। अब नहीं बदलेगी आपकी सरकार। चलो चलो अंदर चलिए। जिंदगी इत्थे बैठ के पैके लावांगे, पैग मुलाले पूछ मुड़कियां भी पावांगे। आजा ਸਾਡੀਆਂ
ਆ ਦੇਖ ਲੈ ਕਿਵੇਂ ਪਸਰੀਆਂ ਪਈਆਂ ਮਾਂ ਦੀਆਂ ਧੀਆਂ ਜਿਵੇਂ ਘੋਰਨੇ ਚ ਕਤੂਰੇ ਪਏ ਹੁੰਦੇ ਆ ਓ ਇਹਨਾਂ ਨੂੰ ਇੰਨੀ ਪਿਆਉਣ ਦੀ ਕੀ ਲੋੜ ਸੀ ਤੁਹਾਨੂੰ ਓਏ ਅਸੀਂ ਕਦੋਂ ਪਿਆਈ ਐ ਧੱਕੇ ਨਾਲ ਗਲ ਚ ਗੂਠਾ ਦੇ ਕੇ ਪੀਤੀ ਇਹਨਾਂ ਨੇ ਮੈਂ ਤਾਂ ਪਹਿਲੀ ਵਾਰ ਦੇਖੀ ਐ ਤੀਵੀਆਂ ਆਇਆ ਦਾਰੂ ਪੀਂਦੀਆਂ ਜਲੂਸ ਕਿਹੜਾ ਦੇਣਾ ਸੀ ਇਹਨਾਂ ਨੇ ਰਾਤੀ ਸਾਡਾ ਇਹ ਤਾਂ ਅਸੀਂ ਮੌਕਾ ਸਾਂਭਿਆ ਓ ਲੈ ਜਾ ਭਰਾਵਾ ਇਹਨਾਂ ਨੂੰ ਯਾਰ ਓ ਪਤੰਦਰੋ ਦਿਲ ਕੋ ਛੱਡੀ ਜਾਂਦੇ ਆ ਓਏ ਹੁਣ ਤਾਂ ਤੁਸੀਂ ਜਿੱਤਦੇ ਬਿਲਕੁਲ ਨੇੜੇ ਆ ਸਵਾਹ ਜਿੱਤ ਆ ਦੱਸੀ ਰਾਤੀ ਕੀ ਕੀਤਾ ਇਹਨਾਂ ਨੇ ਓ ਸਾਰੀ ਰਾਤ ਸੌਣ ਨਹੀਂ ਦਿੱਤਾ ਸਾਨੂੰ 3500 ਦੀ ਦਾਰੂ ਪੀ ਗਈਆਂ 800 ਦਾ ਮੁਰਗਾ ਖਾ ਗਿਆ ਸਾਨੂੰ ਤਾਂ ਇਹ 4300 ਚ ਪਈਆਂ ਉੱਤੋਂ ਕਹਿੰਦੇ ਸਾਡੇ ਤੋਂ ਦੀ ਨੋਟ ਮਾਰੋ ਜੇ ਅਸੀਂ ਨੋਟ ਮਾਰ ਵੀ ਦਿੰਦੇ ਫਿਰ ਇਹਨਾਂ ਨੇ ਕਹਿਣਾ ਸੀ ਚੁਗੋ ਵੀ ਤੁਸੀਂ ਜੇ ਚੁਗ ਵੀ ਲੈਂਦੇ ਫਿਰ ਇਹਨਾਂ ਨੇ ਕਹਿਣਾ ਸੀ ਤੁਸੀਂ ਕੁੰਡੀ ਲਾਗੇ ਓ ਅਸੀਂ ਤਾਂ ਕਦੇ ਦਰਵਾਜ਼ੇ ਨੂੰ ਕੁੰਡੀ ਨਹੀਂ ਲਾਈ ਇਹਨਾਂ ਦੇ ਪੈਸੇ ਨੂੰ ਕੋਈ ਕੁੰਡੀ ਲਾਉਣੀ ਸੀ ਆ ਤੂੰ ਮੈਨੂੰ ਆਪ ਹੀ ਤੇ ਦੱਸਿਆ ਸੀ ਬਈ ਰਾਤ ਇਹਨਾਂ ਨੂੰ ਦੇਖ ਕੇ ਤੁਹਾਡੀਆਂ ਘਰ ਵਾਲੀਆਂ ਪੂਰੀਆਂ ਮੱਛੀਆਂ ਪਈਆਂ ਸੀ ਓਏ ਇੰਨੀਆਂ ਮਹਿੰਗੀ ਤੇ ਜੇ ਅਸੀਂ ਉਹਨਾਂ ਨੂੰ ਚੰਦਨ ਦੀਆਂ ਲੱਕੜੀਆਂ ਜੋ ਖੁਦ ਮਚਾਉਂਦੇ ਨਾ ਤਾਂ ਨਹੀਂ ਪੈਣੀਆਂ ਸੀ ਜਿੰਨੀਆਂ ਇਸ ਤਰੀਕੇ ਨਾਲ ਬਚਾਉਣ ਚ ਪੈ ਗਈਆਂ ਉਹ ਯਾਰ ਹੁਣ ਕਰੀਏ ਕੀ ਲੈ ਬਈ ਹੁਣ ਟਾਈਮ ਆ ਗਿਆ ਬ੍ਰਹਮਾਸਤਰ ਛੱਡਣ ਦਾ ਹੈਲੋ ਬ੍ਰਹਮਾਸਤਰ ਬਾਅਦ ਚ ਛੱਡੀ ਪਹਿਲਾਂ ਇਹਨਾਂ ਨੂੰ ਛੱਡ ਕੇ ਆ ਕਿਤੇ ਆਹੋ ਉਹ 2 ਘੰਟੇ ਹੋ ਗਏ ਵੀਰੇ ਠਾਉਂਦਿਆਂ ਨੂੰ ਉੱਠਦੀਆਂ ਨਹੀਂ ਹੈਗੀਆਂ ਹੈਲੋ ਆ ਕੋਈ ਗੱਲ ਨਹੀਂ ਓਏ ਆਰਕੈਸਟਰਾ ਵਾਲੀਆਂ ਕੁੜੀਆਂ ਇਹਨਾਂ ਨੇ ਇਦਾਂ ਨਹੀਂ ਉੱਠਣਾ ਲਓ ਜੀ ਦੂਲਾ ਸਾਹਿਬ ਦੇ ਫੁੱਫਾ ਦੀ ਡਿਮਾਂਡ ਤੇ 2 ਗੁਰਪਲਾ ਦੇ ਸਾਹਿਬ ਜੀ ਹੋ ਜੋਰ ਬਰਾਵਾ ਇਹ ਤਾਂ 2 ਕੋਟਾਂ ਚ ਵੀ 2 ਲੀਟਰ ਵਾਲੀ ਬੋਤਲ ਸੜਾ ਕੇ ਜਾਂਦੀਆਂ ਨੇ ਓ ਖੜ ਜਾ ਯਾਰ ਓਏ ਕਿਸੇ ਸੋਫੀ ਗਣ ਦੇ ਠਾ ਇਹਨਾਂ ਨੂੰ ਓਏ ਇੱਕ ਤਾਂ ਯਾਰ ਤੁਸੀਂ ਰਿਐਕਟ ਬਹੁਤ ਛੇਤੀ ਕਰਦੇ ਆ ਹੁਣੇ ਉੱਠਣਗੀਆਂ ਲਓ ਜੀ ਆ ਰਹੀ ਆ ਮਿਸ ਸਪਨਾ ਪੇਮੈਂਟ ਹੋ ਗਈ ਹਾਂਜੀ ਭੈਣ ਜੀ ਐਡਵਾਂਸ ਹੀ ਕਰਾਤੀ ਸੀ ਵੈਰੀ ਗੁੱਡ ਹੋ ਗਈ ਜੀ आप बहन वाली कुणी कुणी पाला या तो मुझे बहन मत बोला कर नहीं तो कुणी में कुणी वाली बात मत बोला कर आ व्याह दा कार्ड देना आया सीगा जी नाले आ मिठाई दा डब्बा मुंह मिठा कर लियो मुंह मिठा करन तो पहला ना ये पढ़ जरूर लियो कार्ड ਸਾਡੇ ਤਿੰਨਾਂ ਦੇ ਵਿਆਹ ਦਾ ਕਾਰਡ ਹੈ ਆਉਣਾ ਤਾਂ ਉਹਨਾਂ ਨੇ ਵੀ ਸੀ ਪਰ ਉਹ ਤੁਹਾਨੂੰ ਪਤਾ ਨਾ ਵਿਆਹ ਦੇ ਕੰਮ ਕਿੰਨੇ ਹੁੰਦੇ ਆ ਹਲਵਾਈ ਟੈਂਟ ਸ਼ਾਪਿੰਗਾਂ ਚੱਲਦਾ ਇੱਕ ਰਿਕੁਐਸਟ ਸੀ ਉਹ ਆਪਣਾ ਤਲਾਕ 20 ਤਰੀਕ ਨੂੰ ਹੋ ਰਿਹਾ ਨਾ 18 ਦਾ ਵਿਆਹ ਹੈ ਮਹੂਰਤ ਦਾ ਚੱਕਰ ਹੈ ਕੋਈ ਇਤਰਾਜ਼ ਮੈਨੂੰ ਕੀ ਇਤਰਾਜ਼ ਹੋ ਸਕਦਾ ਮੇਰੇ ਵੱਲੋਂ ਅੱਜ ਹੀ ਕਰਾ ਲੈ ਬਾਕੀ ਦੀਦੀ ਹੋਣਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਊਗਾ ਯੂ ਡੋਨਟ ਵਰੀ ਗੱਲ ਬਣ ਗਈ वैसे लेडी संगीत भी रखा है आप आइएगा जरूर आफ्टर ऑल ये आपकी प्रॉपर्टी रह चुकी है वो बात अलग है कि रजिस्ट्री हमारे नाम हो जाएगी जानू जरूर आयो रौनक लग जाए बाय बाय भाई रब अग्गे अरदास करो ਵੀ ਆਪਣੀਆਂ ਲੇਡੀਆਂ ਲੇਡੀ ਸੰਗੀਤ ਤੇ ਆਉਣੀ ਨਾ ਕੋਈ ਗੱਲ ਨਹੀਂ ਵੀਰੇ ਨਹੀਂ ਆਉਂਦੀਆਂ ਨਹੀਂ ਚੱਲ ਫਿਰ ਤਾਂ ਮੌਜਾਂ ਨੇ ਆਪਣੀਆਂ ਪਰ ਵੀਰੇ ਜੇ ਆ ਗਈਆਂ ਫਿਰ ਸੋਜਾਂ ਵੀ ਆਪਣੀਆਂ ਨੇ ਮੋਹਰਾਂ ਤੇ ਤੇਲ ਲਾ ਲਿਓ ਲੈ ਚੱਕ ਲਓ ਫਿਰ ਤੇ ਤੇਲ ਵਾਲੀ ਕੌਲੀ ਆ ਗਈਆਂ ਆ ਗਈਆਂ ਜੱਟਾ
तेरे बिना नच दी कली ने मैंने जचना बढ़िया माहौल तू पता नहीं कदों नचना वे तेरे बिना नच दी कली ने मैंने जचना बढ़िया माहौल तू पता नहीं कदों नचना अपने शादी नहीं कर सकते। मैंने अगर हाथ की नस काट ली ना यहाँ पे खून की नदियाँ बह जाएंगी। खून की ब्याह तो ड्रामा करना सी, ब्याह नहीं सी करना, ड्रामा 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 तुम्हारे लिए होगा, लेकिन हमने तो मन ही मन में तुम्हें अपना हस्बैंड मान लिया था ना। की कह रहे हो तुसी? है हमने भी मान लिया था। तो बथेरी सुन ली मन की बात, और तू समझाउंदा क्यों नहीं इन्हां नूं? ओ यार मैं की इन्हां नूं समझावां हैं? ओ जो इन्हां दे दिल दी फीलिंग सी ओ तुहानूं दसदी है। ओ पागल हो गया तू? असीं इन्हां नाल ब्याह थोड़ी करा सकदे। ओ इन्हां नाल ही नहीं, तुसीं किसे नाल भी नहीं ब्याह करा सकदे। ये पहले भी आए हुए ने। तलाक भी हो जाएगा ना परसों? तलाक तो बचाने लई तां ड्रामा कर रहे हैं। ओ बुड्ढे चुप कर चिल्लाना, दिमाग की नस वस फट गई ना तो शादी तो नहीं लेकिन अर्थी जरूर उठ जानी है। ओ यार कोई बीच विचारे वाला राह लभ लो। है ना बीच वाला रास्ता, 5 लाख ईच पर्सन। 5 लाख? ओ 5-5 लाख नहीं दे सकते असि। हाँ तो तैयार हो जाओ, यहाँ तो बारात निकलेगी यहाँ जुलूस। ओ तू भी पाओ कुछ हो तो बथेरा बटन पैंदा सी। दस इन्हां नूं कुछ समझा। देखो यार हुण तां इक्को ही हल है, जां तां इन्हां नूं 5-5 लाख रुपया दे दियो, जां फिर इन्हां व्याह करा के काम निबड़ो। हां मैं तितली नूं प्यार कीता यार, दूजा व्याह नहीं करा सकदा मैं, धोखा उहदे नाल। पर साडा कड़ा जी करदा है आ मजबूरी दे बस पाई बैठा शेरबानियां जी। डैडी तुसीं करो कुछ, पर जिहड़ी मेन रोड ते अपनी जमीन पई है किला विचों 5-5 लाख मारो मुंह ते इहनां दे। ओ पुत किहड़े किलियां दी गल करदा है, ओह तां खाधी पीती च मैं तेरी मां दे नाल वा बैठा। ओए अज तां ओह थोड़ा वड्डा सलाहकार प्रेम नहीं आया, उहने की आउणा सी? अग लाई डब्बू कंध ते। वीरे थोड़ा सोच समझ के फैसला लो, आप औखे ना होइए वीरे। मैं तो सोच लिया आप नहीं करवाना पा, जो मर्जी हो जाए। अच्छा तो ये बात है, हल्के में ले रहे हो हमें, कहीं भूल तो नहीं गए हो कि लड़कियां हैं हम लड़कियां? अगर एक बार इंस्टा पे लाइव होके सब बोल दिया ना तो जो जुलूस निकलेगा ना तुम लोगों का सोच भी नहीं सकते हो। बाकी की बची हुई इज्जत पुलिस स्टेशन में उतरेगी। ऐसा केस चलेंगे ना तुम लोगों पर कि सारी जिंदगी काल कोठरी में निकलेगी। दूल्हे राजा, ओ दूल्हे राजा, मुहूर्त का समय निकला जा रहा है, चले थोनू क्या ना नहीं करवाना व्या? ठीक है मत करवाओ, निकालो 5-5 लाख। किश्त कर सकते हो? फ्रिज ऐसी खरीद रहे हो क्या? चलो सपना चलो रूबी पुलिस स्टेशन। ओ नाना भैन जी गल तां सुनो, मैं हाथ जोड़दा जी पूरा। ओ भैन जी खड़ के गल तां सुनो। ओ नहीं सुनना मुझे, गल तां सुनो। ओ खड़ जाओ। देख मेरी भैन ऐ ना करो, आप बने थोड़े अगे हाथ, साडा तां पहले घर बर्बाद होया पे, प्लीज ऐ ना करो दीदी। बर्बाद तो अब होगा, कहा था ना चुपचाप 5 लाख रुपए दे दो, नहीं दिए कोई बात नहीं, हो जा सपना शुरू। जब हमसे शादी ही नहीं थी करनी तो शादी का नाटक करने की क्या जरूरत थी? क्या बिगाड़ा था हमने तुम्हारा, क्या बिगाड़ा था हमारी इस मेहंदी ने? तुम लोगों ने हमारी जिंदगी बर्बाद कर दी, कहीं पे भी मुंह दिखाने के लायक नहीं छोड़ा हमें। की बकवास करी है ना, शर्म कर लो थोड़ी जी। अच्छा तो तुम्हें अब शर्म आ रही है? तब शर्म नहीं थी आई जब रात को हमारे कमरे में आए थे? तो कमरे में कैसे? मैं कदों गया? देखो देखो लोगो इसने मेरे साथ क्या किया। जुबान संभाल के गल कर, एना च चाहे किन्निया भी कमियां क्यों ना होन, एक किसे वाल अख चक के भी नहीं वेख सकदा।
नाले तेनू पता असी थोड़े आते जेलस क्यों नहीं फील की, क्योंकि सानू अपने घर वाले ते पूरा भरोसा है। तुसी ता की फिर रब भी इन्हां वल उंगल करे ना, असी रब नू मनना छड़ दांगे। जवाई नहीं पुत ने मेरे। मम्मी ठीक हो गई? ते जे किसी ने मेरे पुत्तां वल चिक्कड़ सुट्टण दी कोशिश कीती ना, जुबान खिच लू ओदी। बहन जी थोड़ियां सारियां करतूतां दा पता लग गया सानू, आ चक्को पैसे ते डंडी पाओ, मुड़ के कदे शकल भी विखाई ना तां मैथों बुरा कोई नहीं होऊ। चलो आप इधर जाइए के इधर इधर मेरे आ जाओ, बस शर्म जी होके बढ़ जाने करे। आ जी आ जी। ओए किधर थोड़ा घर ता उधर आ। ओदा सवेर ते पुल्ले शाम नु वापस आ है पुत। शाम नु कथा करने जान ता हो गए। मैं ता इना नु कहया सी पर इना दा पति प्रेम के छड करन दा। प्रताप गुरे जितों तक मैनू लगता ना अपने पुत्र ती आपस विच समझौता करन नु तैयार ही खड़े ने, बस शुरुआत करन दी लोड़ है। क्यों ना आपां दोवें शुरुआत करिए। मम्मा सानू पता ही नहीं सी वी ये गल इन्नी वध जानी है जी। गलती ता साडे कोलों होई पुत, जेड़ा तानू काम करन नु कह बैठे, क्योंकि घर दे काम करन नाल ते मर्द दी मर्दानगी घटदी है ना। मैनू ते इस गल दी समझ नहीं आउंदी वी जदों औरतां मर्दां वाले सारे काम कर सकदियां फिर मर्द क्यों नहीं औरतां वाले काम कर सकते हैं? तुसी ये तो सुन लिया कि एक मर्द औरत दा गहना हुंदे है, पर वो गहना गले दा होना है कि पैरां दा, ये तो एक मर्द ते डिपेंड करदा है ना। असी अपनी जिन्नियां भी करतूतां कीतियां उन्हां लई माफी मंगदे हां, हुण तां माफ कर दो किरण देवी जी। मेरी पूरी गलती अपनी भी नहीं है, हुण 9 to 5 काम करने वाला बंदा जे घरे आके भी काम ही करूगा ये तो गल नहीं ना बनती सज्जना। ਤੁਸੀਂ ਇਹ ਗੱਲ ਘਰ ਬੈ ਕੇ ਵੀ ਤਾਂ ਕਰ ਸਕਦੇ ਸੀ ਨਾ, ਉਹਦੇ ਲਈ ਇੰਨਾ ਬਖੇੜਾ ਕਰਨ ਦੀ ਕੀ ਲੋੜ ਸੀ? ਘਰ ਵਾਲੀਆਂ ਤੁਹਾਡੀਆਂ ਦੁਸ਼ਮਣ ਤਾਂ ਨਹੀਂ ਨਾ? ਮੰਨਿਆ ਸੀ ਲੜਦੀਆਂ ਭਿੜਦੀਆਂ ਪਰ ਮੰਨ ਵੀ ਤਾਂ ਜਾਂਦੀਆਂ ਨਾ, ਏਦਾਂ ਘਰ ਛੱਡ ਕੇ ਤਾਂ ਨਹੀਂ ਜਾਂਦੀਆਂ? ਅਸੀਂ ਕਾਹਨੂੰ ਜਾਂਦੇ ਸੀ ਜੀ, ਉਹ ਤਾਂ ਪ੍ਰੇਮ ਨੇ ਸਾਡੀ ਪੁੱਲੀ ਪ੍ਰਿਸ਼ਟ ਕਰਤੀ, ਸਾਨੂੰ ਪਤਾ ਨਹੀਂ ਲੱਗਿਆ ਕੀ ਹੋ ਰਿਹਾ। ਸਾਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ, ਤੁਹਾਨੂੰ ਸਮਝਣ ਦੀ ਥਾਂ ਅਸੀਂ ਵੀ ਆਪਣੀ ਈਗੋ ਲੈ ਕੇ ਬਹਿ ਗਈਆਂ। ਇਹ ਪ੍ਰੇਮ ਵਰਗੇ ਲੋਕ ਸਾਡੀ ਈਗੋ ਵੀ ਸਾਡੇ ਘਰ ਬਰਬਾਦ ਕਰਦੀ। ਇਹਨਾਂ ਨੇ ਤਾਂ ਆਪਣੀ ਈਗੋ ਮਾਰ ਲਈ, ਹੁਣ ਆਪਣੀ ਵਾਰੀ ਹੈ, ਚੱਕ ਲਈਏ ਫਿਰ ਪ੍ਰੇਮ ਮੋਢਿਆਂ ਤੋਂ। ਪ੍ਰੇਮ ਦੇ ਤਾਂ ਮੋਢੇ ਹੀ ਨਹੀਂ, ਉਹਨੂੰ ਤਾਂ ਗੋਡਿਆਂ ਤੋਂ ਚੱਕਣਾ ਪਊ। ਚੱਲੋ ਫਿਰ ਚੱਕ ਲਓ ਪ੍ਰੇਮ ਨੂੰ, ਮੈਂ ਵੀ ਤੁਹਾਡੇ ਨਾਲ। ਲੈ ਵੀ ਹੁਣ ਤਾਂ ਜਾਣੇ ਮੋੜਦੀ ਵੀ ਗੋਡ ਮਿਲ ਗਈ ਆਪਾਂ ਨੂੰ। ਆ ਲੈ ਵੀ ਤੇਰੇ, ਆ ਚੱਕ ਤੇਰੇ, ਆ ਲੈ ਵੀ ਤੇਰੇ, ਆ ਤੂੰ ਵੀ ਫੜ, ਠੀਕ ਹੈ, ਆ ਲੈ ਫੜ ਐਕਸਟਰਾ। ਉਦਣ ਤੂੰ ਐਕਟ ਬਹੁਤ ਵਧੀਆ ਕੀਤਾ ਸੀ, ਸਵਾਦ ਲਿਆਤਾ। ਮੇਰੇ ਤੋਂ 5,000 ਕਮ ਹੈ। ਕੋਈ ਗੱਲ ਨਹੀਂ, ਚਿੰਤਾ ਨਾ ਕਰ, ਉਹ ਵੀ ਪੂਰੇ ਕਰ ਦੇਗਾ, ਠੀਕ ਹੈ। ਆ ਦੇਖੋ ਤੁਹਾਡਾ ਅੰਮ ਦਰਦ ਕੀ ਕਰੀ ਜਾਂਦਾ। ਅੱਛਾ ਤਾਂ ਤੂੰ ਵੀ ਇਹਨਾਂ ਨਾਲ ਮਿਲਿਆ ਹੋਇਆ। ਤੁਸੀਂ ਸਾਰੇ ਅਚਾਨਕ ਇੱਥੇ ਕਿੱਦਾਂ? ਆ ਕੀ ਹੁੰਦਾ ਵੇ, ਅਸ਼ੁਭ ਚਿੰਤਕ ਵੇਖ ਲਓ ਆਪਣਾ, ਇਹ ਤਾਂ ਗਾ ਇਹਨਾਂ ਦਾ ਵੀ ਹਿੱਸੇਦਾਰ ਨਿਕਲਿਆ। ਇਹੋ ਜੀ ਕੋਈ ਗੱਲ ਨਹੀਂ, ਇਹ ਤਾਂ ਕੁੜੀਆਂ ਅਸਲ ਜੀ ਪੈਸੇ ਵੰਡ ਰਹੀਆਂ ਸੀ, ਮੈਂ ਸੋਚਿਆ ਲੜਨਾ ਪੈਣ, ਮੈਂ ਜੱਸੀਆਂ ਦੀ ਹੈਲਪ ਕਰ ਰਿਹਾ ਸੀ। ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ? ਉਹ ਲੋਕ ਤਾਂ ਸੱਪਾਂ ਨੂੰ ਦੁੱਧ ਪਿਆਉਂਦੇ ਆ, ਅਸੀਂ ਤਾਂ ਤੈਨੂੰ ਦਾਰੂ ਵੀ ਪਿਆਈ ਹੈ, ਗਲਤੀ ਤਾਂ ਸਾਥੋਂ ਹੋਈ ਹੈ। ਅੱਛਾ ਤੂੰ ਹਮ ਚਲਤੇ ਹੈ। ਹਾਂ ਜੀ, ਉਹ ਕਹਾ ਚਲਤੀ ਹੈ, ਪੁਲਿਸ ਨੂੰ ਬੁਲਾਓ ਪੁਲਿਸ ਨੂੰ, ਹੁਣ ਮੈਂ ਜਲੂਸ ਕੱਢਾਂਗੇ ਤੁਹਾਡਾ ਜਲੂਸ। ਉਹ ਤੈਨੂੰ ਅਸੀਂ ਕੁਛ ਨਹੀਂ ਕਹਿਣਾ, ਆਪਦੇ ਘਰ ਵਾਲੀ ਨੂੰ ਬੁਲਾ, ਉਹ ਤੋਂ ਕਰਾਉਣੇ ਤੇਰੀ ਹਜ਼ਾਮ। ਭਾਬੀ ਜੀ ਤਾਂ ਬੋਲਦੇ ਹੀ ਨੀ। ਉਹ ਭਾਬੀ ਜੀ ਹੁਣ ਕਿਤੇ ਬੋਲਣਗੇ? ਕੀ ਮਤਲਬ? ਮੈਂ ਤਾਂ ਬਾਈ ਛੜਾ ਆ। ਛੜਾ ਗਾਲਾਂ ਨੂੰ ਕੱਢ ਜਾਂਦਾ ਹੁੰਦਾ ਸੀ ਤੂੰ ਕੰਧਾਂ ਨੂੰ? ਮਤਲਬ ਮਤਲਬ ਮੈਂ 2 ਗਾਲਾਂ ਕੱਢਦਾ ਸੀ, ਤੁਸੀਂ 4 ਪੈਗ ਲਵਾ ਦਿੰਦੇ ਸੀ, ਹੋਰ ਮੈਨੂੰ ਕੀ ਚਾਹੀਦਾ? ਉਹ ਤੁਹਾਡਾ ਹਾਲ ਦੇਖ ਕੇ ਉਹ ਮੈਂ ਵਿਆਹ ਕਰਾਉਂਗਾ, ਮੇਰਾ ਦਿਮਾਗ ਫਿਰਿਆ? ਉਹ ਬਾਲੀਆਂ ਗੱਲਾਂ ਨਾ ਕਰੋ, ਹੁਣ ਇਹ ਦੱਸੋ ਐਦਾਂ ਕਰਨਾ ਕੀ ਏ? ਸਰਵਿਸ ਕਰਾਂਗੇ ਇਹਦੀ। ਚੱਕ ਲਓ ਫਿਰ ਪ੍ਰੇਮ ਨੂੰ ਪ੍ਰੇਮ ਨਾਲ ਹੀ। ਮੇਰੀ ਗੱਲ ਸੁਣੋ, ਹੈਲੋ ਯਾਰ ਕਹਾਂ ਤੋਂ ਗਏ ਨੇ? ਕਿਉਂ ਨਹੀਂ ਕਿਉਂ ਮਾਰਦੇ ਯਾਰ ਪੈਸੇ ਉੱਡ ਰਹੇ ਨੇ ਨਾਲੀ ਕੁੱਤਾ ਯਾਰ ਬੰਦੇ ਦਾ ਹੱਸ ਰਿਹਾ।
साढ़े तो यारों भेंट रखी दे साढ़े तो यारों